ਤੇ ਦੇਖ ਲਓ ਜਸ ਟੀਵੀ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਅੱਜ ਗੱਲ ਕਰਾਂਗੇ ਪੰਜਾਬ ਦੇ ਸਾਬਕਾ ਮੰਤਰੀ ਲਗਾਤਾਰ ਬਰੀ ਹੋ ਰਹੇ ਆ, ਇਸ ਦੇ ਵਿਚਾਲੇ ਸਵਾਲ ਇਹ ਹੈਗਾ ਕਿ ਇਹ ਨੇਤਾ ਜੀ ਬਰੀ ਕਿਵੇਂ ਹੋ ਜਾਂਦੇ ਆ, ਅਤੇ ਜਦੋਂ ਬਰੀ ਹੁੰਦੇ ਆ ਉਸ ਤੋਂ ਬਾਅਦ ਇਲਜ਼ਾਮ ਲਗਾਉਂਦੇ ਆ ਕਿ ਸਿਆਸੀ ਬਦਲਾਖੋਰੀ ਤਾਂ ਸਾਨੂੰ ਫਸਾਇਆ ਗਿਆ, ਅਤੇ ਇਹ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਨੇਤਾ ਜੀ ਬਰੀ ਹੋਏ ਆ ਜਾਂ ਜਿਨ੍ਹਾਂ ਨੂੰ ਕਲੀਨ ਚਿੱਟ ਮਿਲੀ ਹੈਗੀ, ਉਹਨਾਂ ਦੀ ਗੱਲ ਕਰਨੀ ਬਣਦੀ ਹੈਗੀ ਆ ਕਿ ਸਿਆਸੀ ਬਦਲਾਖੋਰੀ ਤੋਂ ਬਰੀ ਹੋਏ ਤਾਂ ਕਿਵੇਂ ਹੋਏ। ਅੱਜ ਬਹਿਸ ਕਿਉਂ ਕਰ ਰਹੇ ਹਾਂ ਨੇਤਾ ਜੀ ਮਿਸਟਰ ਕਲੀਨ, ਇਸੇ 'ਤੇ ਬਹਿਸ ਕਰ ਰਹੇ ਹਾਂ। ਬਹਿਸ ਇਸ ਕਰਕੇ ਕਰ ਰਹੇ ਹਾਂ ਕਿ ਸਾਬਕਾ ਕੈਬਨਿਟ ਮੰਤਰੀ ਤੋਤਾ ਸਿੰਘ 16 ਸਾਲ ਪੁਰਾਣੇ ਮਾਮਲੇ 'ਚ ਬਰੀ ਕਰ ਦਿੱਤੇ ਗਏ ਆ, ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਘੁਟਾਲਾ ਮਾਮਲੇ 'ਚ ਬਰੀ ਕੀਤੇ ਗਏ ਆ। ਕੈਪਟਨ ਅਮਰਿੰਦਰ ਸਿੰਘ 10 ਸਾਲ ਪੁਰਾਣੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ 'ਚ ਉਹਨਾਂ ਨੂੰ ਬਰੀ ਕੀਤਾ ਗਿਆ ਕੁਝ ਦਿਨ ਪਹਿਲਾਂ ਦੀ ਇਹ ਖਬਰ ਹੈਗੀ ਆ। ਨਵਜੋਤ ਸਿੰਘ ਸਿੱਧੂ ਨੂੰ 30 ਸਾਲ ਪੁਰਾਣੇ ਰੋਡਰੇਜ਼ ਮਾਮਲੇ 'ਚ ਬਰੀ ਕੀਤਾ ਗਿਆ, ਇਹ ਕੁਝ ਮਹੀਨੇ ਪਹਿਲਾਂ ਦੀ ਖਬਰ ਹੈਗੀ ਆ। ਅਰਵਿੰਦ ਕੇਜਰੀਵਾਲ ਨੂੰ ਸਬੂਤਾਂ ਦੀ ਘਾਟ ਕਰਕੇ ਸੀਬੀਆਈ ਅਤੇ ਲੋਕ ਆਯੁਕਤ ਨੇ ਕਲੀਨ ਚਿੱਟ ਦਿੱਤੀ ਹੈ, ਇਹ ਹਾਲ ਫਿਲਹਾਲ ਦੀ ਖਬਰ ਹੈਗੀ ਆ। ਅਤੇ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਵੀ ਬਲਾਤਕਾਰ ਮਾਮਲੇ 'ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਬਰੀ ਕਰ ਦਿੱਤੇ ਗਿਆ, ਸਵਾਲ ਇਹ ਵੀ ਹੈਗਾ। ਜ਼ਿਆਦਾਤਰ ਮਾਮਲਿਆਂ 'ਚ ਆਗੂਆਂ ਨੇ ਖੁਦ ਨੂੰ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਦੱਸਿਆ, ਇਸੇ ਕਰਕੇ ਚਰਚਾ ਕਰਨੀ ਪੈ ਰਹੀ ਹੈ। ਤਸਵੀਰਾਂ ਤੁਹਾਨੂੰ 5 ਦਿਖਾਉਂਦੇ ਹਾਂ, ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਰੀ ਕਹਾਣੀ ਸਮਝ ਆ ਜਾਵੇਗੀ। ਇਹ ਤਸਵੀਰ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲਾ ਇਸ ਮਾਮਲੇ ਦੇ ਵਿੱਚ 10 ਸਾਲ ਬਾਅਦ ਬਰੀ ਕੀਤੇ ਗਏ, ਅਤੇ ਇਹਨਾਂ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਤਾਂ ਸਾਰਾ ਕੁਝ ਹੋਇਆ ਸੀਗਾ, ਪਿਛਲੀ ਸਰਕਾਰ ਨੇ ਕੀਤਾ ਸੀਗਾ, ਇਹ ਸਭ ਕੁਝ ਸਾਹਮਣੇ ਆ ਗਿਆ, ਅਦਾਲਤ ਦਾ ਵਕਤ ਜਿਹੜਾ ਜਾਇਆ ਕੀਤਾ ਗਿਆ, ਅਤੇ ਇਸ ਤੋਂ ਬਾਅਦ ਉਹਨਾਂ ਨੂੰ ਲੱਡੂ ਵੀ ਖਵਾਏ ਗਏ। ਉਹ ਤਸਵੀਰ ਤੁਸੀਂ ਦੇਖ ਰਹੇ ਹੋ, ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਤੋਤਾ ਸਿੰਘ ਸਾਬਕਾ ਸਿੱਖਿਆ ਮੰਤਰੀ, ਇਹਨਾਂ ਨੂੰ 16 ਸਾਲ ਬਾਅਦ ਬਰੀ ਕੀਤਾ ਗਿਆ। ਇਹਨਾਂ 'ਤੇ ਇਲਜ਼ਾਮ ਸੀਗੇ ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਘੁਟਾਲਾ ਮਾਮਲੇ ਦੇ ਵਿੱਚ, ਅਤੇ ਉਹਨਾਂ ਤੋਂ ਇਹ ਮੁਕਤ ਕਰ ਦਿੱਤੇ ਗਏ ਆ। ਅਪੀਲਾਂ ਹੋਣਗੀਆਂ ਕਈ ਕੇਸਾਂ ਦੇ ਵਿੱਚ, ਅਤੇ ਉਹ ਅਪੀਲਾਂ ਅੱਗੇ ਵੀ ਜਾਣਗੀਆਂ, ਪਰ ਫਿਲਹਾਲ ਜੋ ਖਬਰਾਂ ਆ ਰਹੀਆਂ, ਅਤੇ ਇਹਦਾ ਸੁੱਚਾ ਸਿੰਘ ਲੰਗਾਹ ਬਲਾਤਕਾਰ ਦੇ ਇਲਜ਼ਾਮਾਂ ਤੋਂ ਦੋਸ਼ਾਂ ਤੋਂ ਬਰੀ ਕਰ ਦਿੱਤੇ ਗਏ ਆ। ਸੁੱਚਾ ਸਿੰਘ ਲੰਗਾਹ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋਇਆ ਸੀਗਾ, ਉਸ ਤੋਂ ਬਾਅਦ ਇਲੈਕਸ਼ਨ ਵੀ ਹੋਏ, ਅਤੇ ਹੁਣ ਲੰਗਾਹ ਸਾਹਿਬ ਕਹਿੰਦੇ ਹੈਗੇ ਆ ਕਿ ਚੋਣਾਂ 'ਚ ਮੇਰਾ ਮੁੱਦਾ ਬਣਾ ਕੇ ਸਿਆਸੀ ਬਦਲਾਖੋਰੀ ਤਹਿਤ ਇਹ ਸਾਰਾ ਕੁਝ ਵਰਤਿਆ ਗਿਆ। ਚੌਥੀ ਤੁਸੀਂ ਦੇਖ ਰਹੇ ਹੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ, ਇਹਨਾਂ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਫਸਾਇਆ ਜਾ ਰਿਹਾ ਸੀਗਾ, ਅਤੇ ਇਹ ਕਹਿੰਦੇ ਆ ਕਿ ਭ੍ਰਿਸ਼ਟਾਚਾਰ ਮੁਕਤ ਆ ਜਿਹੜਾ ਉਹ ਅਸੀਂ ਸੁਪਨਾ ਦੇਖ ਰਹੇ ਹਾਂ ਸਾਰੀ ਬਰਾਦਰੀ ਦਾ, ਸਾਰੇ ਮੁਲਕ ਦਾ, ਅਤੇ ਉਸ ਮਾਮਲੇ ਵਿੱਚ ਇਹਨਾਂ ਨੂੰ ਫਸਾਇਆ ਜਾ ਰਿਹਾ ਸੀਗਾ, ਅਤੇ ਸੀਬੀਆਈ ਅਤੇ ਲੋਕ ਆਯੁਕਤ ਨੇ ਹੁਣ ਕਹਿਤਾ ਕਿ ਸਬੂਤਾਂ ਦੀ ਘਾਟ ਕਰਕੇ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਹੈ, ਅਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਇਹਨਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਫਸਾਇਆ ਗਿਆ। ਨਵਜੋਤ ਸਿੰਘ ਸਿੱਧੂ ਸਭ ਤੋਂ ਵੱਡੀ ਤਸਵੀਰ ਤੁਸੀਂ ਦੇਖ ਰਹੇ ਹੋ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਸਭ ਤੋਂ ਜ਼ਿਆਦਾ ਦੇਰ ਚੱਲਿਆ, ਅਤੇ ਆਖਿਰਕਾਰ ਉਹਨਾਂ ਨੂੰ ਵੀ ਰਾਹਤ ਮਿਲ ਗਈ। ਨਵਜੋਤ ਸਿੰਘ ਸਿੱਧੂ ਜਿਨ੍ਹਾਂ 'ਤੇ ਖਤਰਾ ਮੰਡਰਾ ਰਿਹਾ ਸੀ ਕਿ ਉਹਨਾਂ ਦੀ ਕੁਰਸੀ ਚਲੀ ਜਾਵੇ, ਕਿ ਇੱਕ ਵਾਰੀ ਉਹਨਾਂ ਨੂੰ ਅਸਤੀਫਾ ਵੀ ਦੇਣਾ ਪਿਆ ਸੀਗਾ, ਅਤੇ 30 ਸਾਲ ਬਾਅਦ ਬਰੀ ਕੀਤੇ ਗਏ, ਉਹ ਨੇਤਾ ਜਿਹੜੇ ਹਾਲ ਫਿਲਹਾਲ 'ਚ ਮਿਸਟਰ ਕਲੀਨ ਹੋਏ। ਅਤੇ ਸਿਆਸਤ ਇਸ ਮਾਮਲੇ 'ਚ ਕਹਿੰਦੀ ਕੀ ਆ ਉਹ ਵੀ ਪਹਿਲਾਂ ਸੁਣ ਲਈਏ। ਮੈਨੂੰ ਆਉਂਦੇ ਹੋਏ ਦਿਓਲ ਸਾਹਿਬ ਕਹਿ ਰਹੇ ਸੀ ਕਿ ਤਕਰੀਬਨ ਆਪਣੀ 500 ਹੀਅਰਿੰਗਸ ਹੋਈਆਂ ਨੇ, ਸੋ 10 ਈਅਰਸ ਤੋਂ ਬਾਅਦ ਹੈਰਸਮੈਂਟ, ਮੈਨੂੰ ਤਾਂ ਚਲੋ ਉਹਨਾਂ ਨੇ ਆਪਣੀ ਪੋਲੀਟੀਕਲ ਵੈਂਡੈਟਾ ਕੱਢਣੀ ਸੀ, ਲੇਕਿਨ ਇਹਨੇ ਲੋਕਾਂ ਨੂੰ ਤੰਗ ਕੀਤਾ ਇਹਦੇ ਵਿੱਚ, ਪਲੱਸ ਗਵਰਨਮੈਂਟ ਦਾ ਮਨੀ, ਕੋਰਟ ਦਾ ਮਨੀ, ਕੋਰਟ ਦਾ ਟਾਈਮ, ਕਿਆ ਫਾਇਦਾ ਇਸਦਾ? ਦੀਸ ਸੋਰਟ ਆਫ ਥਿੰਗ ਸ਼ੁੱਡ ਨੋਟ ਹੈਪਨ। ਹੋਰ ਦੱਸੋ, ਹੁਣ ਜਿਵੇਂ ਵਿਜੀਲੈਂਸ ਦੀ ਸਾਰੀ ਗੱਲ ਝੂਠੀ ਸਾਬਤ ਹੋ ਗਈ ਹੈਗੀ ਆ, ਵੀ ਤੁਹਾਡੇ ਤੇ ਕੋਈ ਕੇਸ ਬਣਦਾ ਨਹੀਂ ਸੀਗਾ, ਤੇ ਵਿਜੀਲੈਂਸ ਨੇ ਫਿਰ ਵੀ ਕੀਤਾ ਹੈਗਾ, ਹੁਣ ਵਿਜੀਲੈਂਸ ਦਾ ਵਿਜੀਲੈਂਸ ਤਾਂ ਉਹੀ ਗੱਲ ਕਰਦੀ ਆ ਜੋ ਗਵਰਨਮੈਂਟ ਕਹਿੰਦੀ ਹੈ। ਹੁਣ ਪਿਛਲੀ ਵਾਰ ਅਗਰ ਵਿਜੀਲੈਂਸ ਡਾਇਰੈਕਟਰ ਨੂੰ ਗਵਰਨਮੈਂਟ ਨੇ ਡਾਇਰੈਕਸ਼ਨ ਦਿੱਤੇ ਨੇ, ਮਿਸਟਰ ਬਾਦਲ ਦੀ ਗਵਰਨਮੈਂਟ ਨੇ, ਫਿਰ ਵਿਜੀਲੈਂਸ ਨੂੰ ਤਾਂ ਕਰਨਾ ਹੀ ਪੈਂਦਾ। ਵਾਈ ਬਲੇਮ ਦ ਵਿਜੀਲੈਂਸ? ਮੇਨ ਜਿਹੜਾ ਹੈੱਡ ਆਫ ਗਵਰਨਮੈਂਟ ਹੈ ਉਹੀ ਦਿੰਦਾ ਹੈਗਾ। ਲੇਕਿਨ ਅੱਜ ਲੋਕਾਂ ਨੇ ਜੋ ਮਹਿਸੂਸ ਕੀਤਾ ਉਹਦੇ ਨਾਲ ਮੈਂ ਇਹ ਸਮਝਣਾ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਵੱਡੀ ਅਕਾਲੀ ਦਲ ਦੇ ਹੱਕ ਵਿੱਚ ਹਨੇਰੀ ਆਵੇਗੀ, ਜਿਹੜੀ ਤੂਫਾਨ ਬਣ ਜੂਗੀ ਔਰ ਕਾਂਗਰਸ ਦਾ ਮਲੀਆ ਮੇਟ ਕਰ ਦੂਗੀ, ਕਿਉਂਕਿ ਕਾਂਗਰਸ ਨੇ ਆਪਣੇ ਰਾਹ ਵਿੱਚ ਟੋਆ ਕੱਢਿਆ, ਅਤੇ ਉਸ ਟੋਵੇ ਨੂੰ ਕੱਢਣ ਵਿੱਚ ਸਭ ਤੋਂ ਵੱਡਾ ਰੋਲ ਸੁੱਖੀ ਦਾ ਵਾ ਅਤੇ ਉਹਦੇ ਦੋ ਸਾਥੀਆਂ ਦਾ, ਬਾਰਡਰ ਦੇ ਨਾਲ ਸੰਬੰਧ ਰੱਖਣ ਵਾਲਿਆਂ ਦਾ। ਮੈਂ ਬਹੁਤਿਆਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਇਹਨਾਂ ਨੂੰ ਰੱਬ ਨੇ ਕਿਸੇ ਕੀਮਤ 'ਤੇ ਨਹੀਂ ਬਖਸ਼ਣਾ। ਯਦੀ CCTV ਕੈਮਰਾ ਹਰ ਗਲੀ ਮੁਹੱਲੇ ਨੁੱਕਰ ਪੇ ਦਿੱਲੀ ਮੇ ਲੱਗ ਗਏ, ਤੋ ਭਾਜਪਾ ਔਰ ਕਾਂਗਰਸ ਚੁਣਾਵ ਸੇ ਪਹਿਲੇ ਸ਼ਰਾਬ ਔਰ ਪੈਸਾ ਨਹੀਂ ਬਾਂਟ ਪਾਏਗੀ। ਉਨਕੀ ਇਹ ਰਾਜਨੀਤਿਕ ਦੁਕਾਨੋਂ ਪਰ ਤਾਲਾ ਲੱਗ ਜਾਏਗਾ, ਔਰ ਕਹੀਂ ਨਾ ਕਹੀਂ ਸ਼ਰਾਬ ਔਰ ਪੈਸੇ ਬਾਂਟਨੇ ਕਾ ਕਾਮ ਜੋ ਭਾਜਪਾ ਔਰ ਕਾਂਗਰਸ ਚੁਣਾਵ ਸੇ ਪਹਿਲੇ ਕਰਤੀ ਹੈ, ਵੋਟ ਬਟੋਰਨੇ ਕੇ ਇੱਕ ਪ੍ਰਕਾਰ ਸੇ ਇਲੀਗਲ ਕਾਮ ਕਰਤੀ ਹੈ, ਉਸ ਪਰ ਰੋਕ ਲੱਗ ਜਾਏਗੀ, ਔਰ ਉਨਕੇ ਵੋ ਕਾਲੇ ਕਾਰਨਾਮੇ, ਵੋ ਕਾਲੀ ਕਰਤੂਤੇ CCTV ਕੈਮਰਾ ਮੇ ਕੈਦ ਹੋ ਜਾਏਗੀ।
इससे डरकर, इससे भयभीत होकर भाजपा ने माननीय उपराज्यपाल को ये निर्देश जारी करे हैं कि किसी भी सूरत में दिल्ली में सीसीटीवी कैमरा ना लग पाए। सवाल क्यों पूछा के इस बहस में सवाल यह पूछा जाएगा कि पिछले दिनों अंदर वक् वक् पार्टियां के वड्डे चेहरे कि बदलाखोरिया तो बरी हो इस सवाल से बहस करा। खास पैनल साढ़े स्टूडियो मौजूद है, बुढ़ा सिंह बराकी आम आदमी पार्टी तो है, तारा सिंह संधु कांग्रेस तो है, तो दलराज सिंह ढिल्लो अकाली दल तो है, तो अरविंद मित्तल साहब भारतीय जनता पार्टी। सारे मेहमानों का बहुत स्वागत करते हैं। तो हरचंद सिंह बाट सीनियर वकील के तौर सा मौजूद रहेंगे। बाट साहब थोड़ा बहुत स्वागत है। तो मोस्टली यह सारा पैनल जो वकीलों का है, तारा सिंह संधु अपनी पार्टी के वकील वकालत करे, तो इन्हों तो समझने की कोशिश करा कि किस तरीके सारा कुछ होंगे। तारा सिंह संधु साहब, कैप्टन अमरिंदर सिंह अमृतसर इमरोमा ट्रस्ट घोटाले के मामले के 10 साल बाद 10 मिनट में बरी हो जाते हैं, उस तो बाद बाहर आके कहते हैं पोलीटिकल वेंडेटा होया जी, क्यों कहते हैं? देखो ये सारा जिहड़ा घटनाक्रम तुहाडे सामने है, इहदे विचों अड अड केसां दी अड अड मैरिट बनती है। कैप्टन अमरिंदर सिंह होरां ने जिहड़ी गल कही है कि पोलीटिकल वेंडेटा है, तो वह तो प्रूव हो गया भी जो कोर्ट ने उन्होंने बरी कर दिता। विजिलेंस डिपार्टमेंट जिहड़ी है वो सामने आ गई बहुत सारिया गल्लां। यही गल नवजोत सिद्धू उन्होंने मामले च आई है, नवजोत सिद्धू उन्होंने तो गलती हुई और उन्होंने एक कोर्ट ने बरी करता, एक ने सज़ा करती, लास्ट अपील चो वह बरी हो गया। जिथों तक सुचा सिंह लगा उन्होंने मामला, चलो उन्होंने लंगा साहब से आ गए, मैं कोई नहीं लियाऊंगा तुम कोई विजिलेंस की गल की थी। हाँ जी, तो कैप्टन साहब एक गल कहते हैं विजिलेंस तो उही गल करती है जी गवर्नमेंट कहती है, इन्हें मतलब तुम भी विजिलेंस तो उही कुछ करवाओगे? नहीं, असी क्यों करवाओगे? साढ़े तक मुख्यमंत्री कई बार रिपीटडली कर रहे हैं कि असी बदलाखोरी का काम नहीं करांगे। इतों तक के दूजिया पार्टियां चो कुछ ये इल्जाम भी लाते हैं भी कैप्टन अमरिंदर सिंह हुण 2002 तो सत्त वाला कैप्टन अमरिंदर सिंह नहीं, और कदे ये लाते हैं भी अकाली तो यह रल गए है, सगो उल्ट इल्जाम लग रहे। उन्होंने मैं तो पंजाब बचाना, मेरा तो एक सूत्री एजेंडा, मैं इस किस्म का कोई दूजा बदलाखोरी वाला काम नहीं करना। दराज सिंह ढिल्लो साहब, तोता सिंह जी बरी हो गए, सुचा सिंह लंगा जी बरी हो गए, देखो जी ये कोर्टा ने सारा कुछ घोख के ते उस तो बाद ही सारी इनकुआरी करन दे उपरांत सारी सुनवाई हुई है, उस काम तो बाद सारे बरी हुए है, और वो केस भी पोलीटिकल वंडाटा दे अंदर ही उन्होंने रजिस्टर किए गए। सुचा सिंह लंगा का पोलीटिकल वंडाटा केस है, ओबियसली पोलीटिकल वंडाटा केस है, वो वीडियो भी पोलीटिकल वंडाटा से, वो वीडियो दा हले तक क्लीयर नहीं होया जी। वीडियो दा हले तक क्लीयर नहीं होया किस दी वीडियो सी कि किस तरह सीगा कि सुचा सिंह लंगा हैगे सी कि नहीं, वो कुछ सुचा सिंह लंगा ते वीडियो एडिट करके भी बनाई जा सकती। वकील हो तुसी, एक वकील दे तौर ते जिम्मेवारी नाल गल कह रहे हो, जिम्मेवारी नाल पार्टी दी मजबूरी है ही गल कहनी? नहीं, पार्टी दी कोई मजबूरी नहीं इहदी गल कहनी, अजकल तुसी भी देखदे हो टेक्निकली जिहड़ा काम हैगा, बहुत सारिया वीडियोज़ झूठिया पाई जाएँ, एडिटिंग की जाती है वो, और कोर्ट ने जो उन्होंने बरी किया है कुछ देखद हो बरी किया हो। अरविंद मित्तल साहब जी, मामले तो तुहाडे नेतावां तो भी बहुत चले आ, नेता जी बरी किवें हो जाते? मैं अदालत की प्रक्रिया से सवाल नहीं चुक रहा, मैं तो सवाल ये चुक रहा अदालत में तुम लोग लैके की जाते हो। देखो इस तरह कि केस जिहड़ा भी बनता है वो प्रोसीक्यूशन ने जिहड़ी पुलिस इन्वेस्टिगेशन टीम होंदी है ये उन्होंने जिम्मेवारी है कि जो कोई केस उन्होंने बनाया तो उन्होंने पूरी तरीके इन्वेस्टिगेट करके वो केस बना। अदालतों का काम है कि उस इन्वेस्टिगेशन उस एविडेंस नू सारे नू उन्होंने घोख के देखना, सारा देखना, जे केस बनता होएगा तो उसे सज़ा भी होंगी है, जे नहीं बनता तो वह बरी भी होंगे। सो इस करके मेरा ख्याल जिथ मैं तो यह कहाँगा कि कोर्ट के डिसीजन क्वेश्चन करने का तो कोई आइडिया नहीं बनता, जे कोर्ट ने कोई डिसीजन दिता किसी मैरिट पर बरी कर दी है कोर्ट तो उन्होंने तुम असी सवाल खड़ा करने की बजाय जे किसी को कुछ तो एतराज या अपील पा सकता बूटा सिंह बराकी, फाइनल डिसीजन आएगा उसे देखा जाएगा। बूटा सिंह बराकी, सारे मामले सियासी बलाखोरी का शिकार हुए हैं जिन्हें भी मामले सामने आते हैं, सवाल यह है कि अदालत की कार्रवाई से सवाल नहीं चुका जा सकता। के पी सिंह जी, एक तो मेरी तुहाडे नाल नाराजगी ये आ भी कला केस एक सैपरेट डिबेट मंगता,
एक जिहड़ा कल्ला तुसीं बरी शब्द दे नाल सारयां नूं लपेटण दी गल कीती आ, इह भी मैं कहिंदा न्याय नहीं होया साडे पैनलिस्ट नाल ते साडे व्यूअर्स दे नाल, क्योंकि जे मैं वकील साहब बैठे ने सारे असीं वकालत नूं प्रोफेशन नूं आ अक्विटेड डिस्चार्ज उहो जिहे शब्द कही आ। बाकी जे तुसीं तोता सिंह दे केस नूं ते नवजोत सिंह सिद्धू दे केस नूं देखोगे इहनूं तुसीं दूजिआं दे केसां नाल तुहानूं वख करके देखणा, बिल्कुल वेख लैंदे आ वख करके देखदे, क्योंकि उहनां दा बकायदा ट्रायल चलिआ वा, उत्थे आपां वरी दी गल कर सकते हैं। जिते तुसी कैप्टन अमरिंदर सिंह दी ते दूजे केसां दी गल करोगे ते ओ मैं समझदा वी किते ना किते ओ एजेंसियां दा दुरउपयोग हो के उहदे विच न्याय दी जिहड़ी जुडिशरी दी सी इन्नी इंटरफेरेंस नहीं हुई, सिर्फ ते सिर्फ ओ तां इक आर्डर लिखाउण जां नगां लिखाउण तक ही जुडिशरी सीमित रही आ। किहदे केस दी गल कर रहे हो? मैं कैप्टन अमरिंदर सिंह दे केसां दी गल करदा जी, मैं जिथे भी जिन्ने भी हस्टाइल होए आ केस, जिन्ने भी ओह गवाह मुकर गए आ, उत्थे जुडिशरी दा कोई बड़ा रोल नहीं रहा। ते बला कि मैं तां इह सोचदा, मैं महसूस कर रहा साडे हाई कोर्ट च 5-7 दिन गए आ, जिथे भी कॉम्प्रोमाइज हो जांदा आफ्टर लोंग ट्रायल, उत्थे इक जतीम खाने नूं जज साहब ने 1,00,000 रुपया पार्टी नूं कहा जमा करा दो, ਵੀ ਉਹ ਜਿਹਾ ਕੋਈ ਬਿੱਲ ਹੀ ਆ ਜਾਵੇ, ਇੱਕ ਕਾਨੂੰਨ ਬਣ ਜਾਵੇ ਵੀ ਜੇ ਕਿਤੇ ਇਹੋ ਜਿਹੇ ਕੇਸ ਆਉਂਦੇ ਆ ਸਾਲਾਂ ਵੱਧੀ, ਇੱਕ ਤਾਂ ਇਵੇਂ ਤਰ੍ਹਾਂ ਦੇ ਬਰੀ ਹੋ ਜਾਂਦੇ ਆ, ਕਰ ਲਈਏ ਆਪਾਂ ਗੱਲ ਜਾਂ ਛੁੱਟ ਜਾਂਦੇ ਆ। ਉੱਥੇ ਇੱਕ ਤਾਂ ਜਿਹੜੇ ਆਫੀਸਰ ਸਹਿਮਾਨ ਸੀਗੇ ਉਸੇ ਲੁਧਿਆਣੇ ਵਾਲੇ ਕੇਸ ਦੇ ਵਿੱਚ ਆਫੀਸਰ ਅੜ ਗਿਆ ਵੀ ਮੈਂ ਸਟੇਟਮੈਂਟ ਨਹੀਂ ਦੇਣੀ, ਬਲਕਿ ਸੈਂਟਰ ਦੀ ਗੱਲ ਕਰ ਰਹੇ ਹਾਂ ਜੀ, ਸਿਟੀ ਸੈਂਟਰ ਦੀ, ਬਲਕਿ ਗਵਰਨਮੈਂਟ ਦਾ ਪ੍ਰੈਸ਼ਰ ਆ, ਕਹਿੰਦੇ ਜਿਵੇਂ ਹੁਣੇ ਆਈ ਆ ਗੱਲ ਵੀ ਬਿਜ਼ਨਸ ਬਿਊਰੋ ਤੁਸੀਂ ਸਾਡੇ ਹੋ, ਬੰਦੇ ਵਾਂਗੂ ਸਟੇਟਮੈਂਟ ਦਵੋ, ਅਸੀਂ ਕੇਸ ਖਤਮ ਕਰਨੇ ਆ। ਵੀ ਇੱਕ ਤਾਂ ਮਿਸਯੂਜ਼ ਜਿੱਥੇ ਹੁੰਦਾ ਤਾਂ ਉਹ ਪੂਰਾ ਜਿੰਨਾ ਵੀ ਐਕਸਪੈਂਡੀਚਰ ਅਕਡ ਹੁੰਦਾ ਉਸ ਚੀਜ਼ ਤੇ, ਉਹ ਸਾਰਾ ਕੰਸਰਨਡ ਆਫੀਸਰ ਨੂੰ ਪਾਇਆ ਜਾਵੇ ਜਾਂ ਕਿਤੇ ਉਸ ਹਿਸਾਬ ਨਾਲ ਸਟੇਟ ਨੂੰ ਪਾਇਆ ਜਾਵੇ, ਇਹੋ ਜਿਹੀਆਂ ਪ੍ਰੋਵੀਜ਼ਨਾਂ ਹੋਣ। ਕਿਉਂਕਿ ਨਹੀਂ ਤਾਂ ਕਹਿ ਰਹੇ ਹੋ ਕਿ ਅਦਾਲਤ ਤੇ ਸਵਾਲ ਨਹੀਂ ਚੁੱਕਣੇ ਚਾਹੀਦੇ, ਸਿਆਸੀ ਲੋਕਾਂ ਤੇ ਸਵਾਲ ਚੁੱਕਣੇ ਚਾਹੀਦੇ, ਅਦਾਲਤ 'ਚ ਲੈ ਕੇ ਕੀ ਜਾਂਦੇ ਹੋ? ਬਿਲਕੁਲ ਸਰ, ਕਿਉਂਕਿ ਇੱਥੇ ਇੱਕ ਗੱਲ ਹੋਰ ਵੀ ਆਈ ਆ ਉੱਭਰ ਕੇ ਵੀ ਉਹ ਕਿਤੇ ਨਾ ਕਿਤੇ ਪ੍ਰੋਸੀਕਿਊਸ਼ਨ ਏਜੰਸੀਆਂ ਦਾ, ਪ੍ਰੋਸੀਕਿਊਸ਼ਨ ਏਜੰਸੀਆਂ ਨੇ ਇਨੀਸ਼ੀਅਲੀ ਆਪਦੀ ਡਿਊਟੀ ਪੂਰੀ ਕੀਤੀ ਆ, ਪਰ ਰਾਜਨੀਤਿਕ ਦਬਾਅ ਦੇ ਕਰਕੇ ਉਹਨਾਂ ਨੂੰ ਫਿਰ ਉਹ ਆਪਣੀਆਂ ਹੀ ਜਵਾਨਾਂ ਤੋਂ ਮੁਕਰਨਾ ਪਿਆ, ਜਿਹੜਾ ਕਿ ਮਿਸਯੂਜ਼ ਆਫ ਦਿਸ ਪ੍ਰੋਸੀਜਰ ਆਫ ਜਸਟਿਸ ਆ। ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਬਹੁਤ ਸਾਰੇ ਹੈਗੇ, ਸਿਆਸੀ ਬਦਲਾਖੋਰੀ ਤੋਂ ਬਰੀ ਹੋਏ ਆ ਨੇਤਾ ਜੀ ਜਾਂ ਨਹੀਂ ਹੋਏ ਗਏ? ਸਵਾਲ ਇਹ ਹੈਗਾ ਕਿ ਸਵਾਲ ਜਿਹੜਾ ਬੂਟਾ ਸਿੰਘ ਬਰਾਗੀਆ ਚੱਕ ਰਹੇ ਹੈਗੇ ਆ ਕਿ ਸਾਰਿਆਂ ਨੂੰ ਬਰੀ ਦੇ ਕਟਹਿਰੇ 'ਚ ਨਹੀਂ ਖੜਾ ਕੀਤਾ ਜਾਂਦਾ, ਅਸੀਂ ਨਹੀਂ ਕਰ ਰਹੇ, ਅਸੀਂ ਸਵਾਲ ਪੁੱਛ ਰਹੇ ਹਾਂ। ਸਵਾਲ ਪੁੱਛਣਾ ਹੱਕ ਹੈਗਾ, ਕਿਉਂਕਿ ਆਮ ਜਨਤਾ ਜਾਣਨਾ ਚਾਹੁੰਦੀ ਹੈ ਕਿ ਨੇਤਾ ਜੀ ਫਸਦੇ ਕਿਵੇਂ ਆ ਅਤੇ ਨੇਤਾ ਜੀ ਬਰੀ ਕਿਵੇਂ ਹੋ ਜਾਂਦੇ ਆ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਪਿਛਲੇ ਦਿਨਾਂ ਅੰਦਰ ਵੱਖ ਵੱਖ ਪਾਰਟੀਆਂ ਦੇ ਵੱਡੇ ਚਿਹਰੇ ਕਿਹੜੀ ਬਦਲਾਖੋਰੀਆਂ ਤੋਂ ਬਰੀ ਹੋਏ ਆ? ਬਾਠ ਸਾਹਿਬ, ਨੇਤਾ ਜੀ ਮਿਸਟਰ ਕਲੀਨ ਕਿਵੇਂ ਹੋ ਜਾਂਦੇ ਆ? ਇਹ ਆਮ ਜਨਤਾ ਦਾ ਸਵਾਲ ਹੈਗਾ, ਇਸ ਕਰਕੇ ਸਾਨੂੰ ਇਹ ਸਵਾਲ ਪੁੱਛਣਾ ਪੈ ਰਿਹਾ, ਕਿਉਂਕਿ ਜਦੋਂ ਨੇਤਾ ਜੀ ਦਾ ਕੇਸ ਚੱਲਦਾ ਅਤੇ ਉਹ ਬਾਹਰ ਆ ਕੇ ਵੱਡੇ ਵੱਡੇ ਬਿਆਨ ਦੇ ਦਿੰਦੇ ਆ, ਅਤੇ ਉਦੋਂ ਆਮ ਜਨਤਾ ਨੂੰ ਲੱਗਦਾ ਵੀ ਵਾਕਈ ਯਾਰ ਇਹਨੂੰ ਝੂਠਾ ਫਸਾਇਆ ਗਿਆ ਸੀ, ਅਤੇ ਜਿਹੜੀ ਗੱਲ ਬੂਟਾ ਸਿੰਘ ਬਰਾਕੀ ਨੇ ਕੀਤੀ ਏਜੰਸੀ ਵਾਲੇ, ਉਹ ਵੀ ਜ਼ਰਾ ਸਾਫ਼ ਕਰ ਦਿਓ। ਕੇਪੀ ਸਿੰਘ ਜੀ, ਇੱਕ ਤਾਂ ਤੁਹਾਡੀ ਜਿਹੜੀ ਡਿਬੇਟ ਹੈ ਨਾ, ਬੜੀ ਰੈਲੇਵੈਂਟ ਔਰ ਬੜੇ ਠੀਕ ਸਮੇਂ 'ਤੇ ਤੁਸੀਂ ਕੀਤੀ ਹੈ। ਬੜੇ ਇਸ਼ੂ ਇਹਦੇ ਵਿੱਚ ਇਨਵੋਲਵ ਨੇ, ਅਸੀਂ ਇਹਨੂੰ ਕੋਈ ਚੀਜ਼ ਨੂੰ ਇੱਕ ਨੂੰ ਆਈਸੋਲੇਟ ਹੋ ਕੇ ਨਹੀਂ ਦੇਖ ਸਕਦੇ। ਬਹੁਤ ਸਾਰੀਆਂ ਗੱਲਾਂ ਨਾਲ ਮੈਂ ਬਿਰਾਗੀ ਸਾਹਿਬ ਦੇ ਨਾਲ ਸਹਿਮਤ ਹਾਂ, ਜਿਨ੍ਹਾਂ ਨੇ ਕੰਕਰੀਟ ਇਸ਼ੂ ਜਿਹੜੇ ਆ ਉਹ ਲਏ ਨੇ। ਜੇ ਅਸੀਂ ਕਹਿ ਦਈਏ ਵੀ ਸਾਰਾ ਕੁਝ ਹੀ ਆਇਆ ਵੀ ਸਾਰੇ ਨੇਤਾ ਜਿਹੜੇ ਬਰੀ ਹੋ ਰਹੇ ਆ ਜਾਂ ਡਿਸਚਾਰਜ ਹੋ ਰਹੇ ਆ, ਤਾਂ ਇਹ ਵੀ ਇੱਕ ਗੱਲ ਠੀਕ ਨਹੀਂ ਹੈ। ਅਸੀਂ ਹੁਣੇ ਦੇਖੀਏ CBI ਨੇ ਜਿੱਥੇ ਵੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਸੀ ਉਹਨੇ ਪ੍ਰੋਪਰ ਫਰੀਲੀ ਐਂਡ ਫੇਅਰਲੀ ਇਨਵੈਸਟੀਗੇਸ਼ਨ ਕੀਤੀ ਹੈ ਔਰ ਕੋਰਟ ਦੇ ਸਾਹਮਣੇ ਜਿਹੜੇ ਸਬੂਤ ਪੁੱਟ ਕੀਤੇ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਹੋਈ ਆ। ਓਮ ਪ੍ਰਕਾਸ਼ ਚੁਟਾਲੇ ਦਾ ਆਪਾਂ ਕੇਸ ਦੇਖ ਲਈਏ ਸਾਡੇ ਸਾਹਮਣੇ, ਲਾਲੂ ਦਾ ਦੇਖ ਲਈਏ, 10 ਸਾਲ ਸਜ਼ਾ ਹੋਈ ਹੈ, ਜਿਹੜੇ ਕਿ ਆਮ ਤੌਰ 'ਤੇ 420 417 ਦੇ ਵਿੱਚ ਕਦੇ ਵੀ 10 ਸਾਲ ਦੀ ਆਮ ਤੌਰ 'ਤੇ ਸਜ਼ਾ ਨਹੀਂ ਹੁੰਦੀ, 3 ਸਾਲ ਜਾਂ 4 ਸਾਲ ਤੱਕ ਹੁੰਦੀ। ਲਾਲੂ ਪ੍ਰਸਾਦ ਯਾਦਵ ਦਾ ਕੇਸ ਜਿਹੜਾ ਸਾਡੇ ਸਾਹਮਣੇ ਕਿੰਨਿਆਂ ਕੇਸਾਂ ਦੇ ਵਿੱਚ ਹੋਈ ਹੈ, ਇਸੇ ਤਰ੍ਹਾਂ ਜਿਹੜਾ ਮਰਨ ਦਾ ਜਿਹੜਾ ਸੁਪਰੀਮ ਕੋਰਟ, ਉਹ ਟੈਲੀਫੋਨ ਐਕਸਚੇਂਜ ਮੰਤਰੀ ਹੁੰਦੇ ਉਹਨੇ ਆਪਣੇ ਘਰ 'ਚ ਲਾਇਆ ਸੀ, ਸੁਪਰੀਮ ਕੋਰਟ ਨੇ ਕਹਿ ਦਿੱਤਾ ਨਾ ਤੂੰ ਆਹ ਜਿਹੜਾ ਟੈਲੀਫੋਨ ਐਕਸਚੇਂਜ ਲਾਇਆ ਸੀ ਇਹ ਪ੍ਰਾਈਮਾ ਫੇਸੇ ਕੇਸ ਦੇ ਉੱਤੇ ਬਣਦਾ ਜਾਂ ਟ੍ਰਾਇਲ ਕਰ। ਇਸ ਕਰਕੇ ਆਪਾਂ ਇਹਨੂੰ ਸਾਰੇ ਨੂੰ ਨਹੀਂ ਕਹਿ ਸਕਦੇ। ਹਾਂ, ਜਿਹੜੇ ਕੇਸ ਆਪਾਂ ਅੱਜ ਸਾਡੇ ਸਾਹਮਣੇ ਆਇਆ, ਪਹਿਲੀ ਗੱਲ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ, ਮੈਂ ਸਮਝਦਾ ਕਿ ਬੇਸਿਕਲੀ ਜਿਹੜੀ ਹੈ ਜਿਹੜੀ ਸਾਡੀ ਪੰਜਾਬ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਹੈ, ਚਾਹੇ ਵਿਜੀਲੈਂਸ ਹੈ, ਚਾਹੇ ਕ੍ਰਾਈਮ ਬ੍ਰਾਂਚ ਆ, ਚਾਹੇ ਜਿਹੜੀ ਸਾਡੀ ਪੰਜਾਬ ਪੁਲਿਸ ਹੈ, ਇਹ ਬਿਲਕੁਲ ਜਿਹੜੀ ਆ ਬੁਰੀ ਤਰ੍ਹਾਂ ਦੇ ਨਾਲ ਰਾਜਸੀ ਦਖਲ ਅੰਦਾਜ਼ੀ ਦਾ ਸ਼ਿਕਾਰ ਆ। ਤੁਸੀਂ ਕੋਈ ਵੀ ਜਿਹੜਾ ਮੰਤਰੀ ਹੈ, ਈਵਨ ਕਿ MLA ਵੀ ਹੈ, ਜੇ SHO ਨੂੰ ਇਲਾਕੇ ਦਾ ਹੈ, ਚਾਹੇ ਪਹਿਲਾਂ ਜਿੱਥੇ MLA ਨਹੀਂ ਸੀ ਅਕਾਲੀ ਦਲ ਦਾ ਉੱਥੇ ਹਲਕਾ ਜਥੇਦਾਰ ਸੀ, ਅਤੇ ਉਹਨੂੰ ਸੀ ਵੀ ਇਹ ਕੇਸ ਰਜਿਸਟਰ ਕਰਨਾ ਹੈ ਕਿ ਨਹੀਂ ਕਰਨਾ, ਜਾਂ ਇਸ ਕੇਸ ਦੇ ਵਿੱਚ ਅੱਗੇ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰਨੀ ਹੈ। ਇਹ ਦਖਲ ਅੰਦਾਜ਼ੀ ਉੱਪਰ ਤੋਂ ਲੈ ਕੇ ਥੱਲੇ ਤੱਕ ਇਹਨਾਂ ਏਜੰਸੀਆਂ ਦੇ ਵਿੱਚ ਸਾਡੀ ਹੈ, ਜਿਹਦਾ ਕਰਕੇ ਇਨਵੈਸਟੀਗੇਸ਼ਨ ਜਦੋਂ ਡਿਫੈਕਟਿਵ ਹੁੰਦੀ ਹੈ, ਫੇਅਰ ਨਹੀਂ ਹੁੰਦੀ,
ते प्रॉपर कोर्ट के सामने चीज़ां नहीं आंदियां ਤਾਂ ਅਸੀਂ ਜਿਹੜਾ ਜੁਡੀਸ਼ੀਅਲੀ ਨੂੰ ਅਦਾਲਤ ਨੂੰ ਬਿਨਾਂ ਵਜ੍ਹਾ ਜਿਹੜਾ ਵਾ ਉਹ ਦੋਸ਼ ਨਹੀਂ ਦੇ ਸਕਦੇ ਕਿਉਂਕਿ ਅਦਾਲਤ ਨੇ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਵੀ ਹਾਂ ਕੀਤਾ ਉਹ ਫੈਸਲਾ ਉਹ ਨਹੀਂ ਕਰ ਸਕਦੀ ਉਹਨੇ ਸਿਰਫ ਦੇਖਣਾ ਕਿ ਉਹਦੀ ਫਾਈਲ ਦੇ ਵਿੱਚ ਉਹਦੇ ਸਾਹਮਣੇ ਕੀ ਸਬੂਤ ਹੈ ਉਹਦੀ ਫਾਈਂਡਿੰਗ ਕੀ ਹੈ ਸਬੂਤ ਐਵੀਡੈਂਸ ਕੀ ਹੈ ਉਹਦੇ ਮੁਤਾਬਕ ਉਹਨੇ ਜਿਹੜਾ ਵਾ ਫੈਸਲਾ ਕਰਨਾ ਮੇਰਾ ਸਵਾਲ ਇਹ ਹੈ ਮੇਰਾ ਸਵਾਲ ਇਹ ਹੈ ਕਿ ਅਦਾਲਤ ਵਿੱਚ ਜਾਂਦਾ ਕੀ ਹੈ ਮੈਂ ਉਹੀ ਆ ਰਿਹਾ ਇੱਕ ਮਿੰਟ ਮੈਂ ਜਿਹੜੀ ਢਿੱਲੋਂ ਸਾਹਿਬ ਨੇ ਗੱਲ ਕੀਤੀ ਆਪਣੇ ਲੰਗਾਹ ਦੀ ਜਿਹੜੀ ਹੈ ਮੈਂ ਸਮਝਦਾ ਹਾਂ ਕਿ ਇਹਨਾਂ ਦੀ ਗੱਲ ਠੀਕ ਹੈ ਪਰ ਡਿਫੈਂਸ ਇਹਨਾਂ ਦੀ ਠੀਕ ਨਹੀਂ ਤੁਸੀਂ ਸਾਰੇ ਲਗਾ ਤਾਂ ਦੇ ਮਗਰ ਪਏ ਹੋ ਨਹੀਂ ਮੈਂ ਉਹਦੇ ਪਿੱਛੇ ਨਹੀਂ ਪਿਆ ਮੈਂ ਤਾਂ ਉਹਦੀ ਡਿਫੈਂਸ ਮੈਂ ਤਾਂ ਕਰਨੀ ਹੈ ਲਗਾ ਦੀ ਗੱਲ ਮੈਂ ਤਾਂ ਪਿੱਛੇ ਪਿਆ ਮੈਂ ਤਾਂ ਜਿਹੜਾ ਵਾ ਉਹ ਕੇਸ ਹੀ ਨਹੀਂ ਬਣਦਾ ਹੈ ਜੇ ਸਾਰੀ ਤੁਸੀਂ ਉਹਦੀ ਜਿਹੜੀ ਸਾਰਾ ਕੁਝ ਸੱਚ ਵੀ ਹੈ ਜਿਹੜੀ ਵੀਡੀਓ ਵਾਇਰਲ ਹੋਈ ਹੈ ਲੈਟ ਅਸ ਪਰਜ਼ਿਊਮ ਕਿ ਸਾਰਾ ਕੁਝ ਸੱਚ ਹੈ ਉਹ ਕੇਸ ਹੀ ਨਹੀਂ ਬਣਦਾ ਹੈ ਜੇ ਇਹੀ ਜਿਹੜਾ ਕੇਸ ਹੈ ਕਿਤੇ ਵੈਸਟ ਦੇ ਵਿੱਚ ਹੁੰਦਾ ਤਾਂ ਇਟ ਇਜ਼ ਅ ਕੌਨਸੈਂਟਡ ਮਾਮਲਾ ਸਾਰਾ ਕੁਝ ਸਾਹਮਣੇ ਆ ਇੰਨੇ ਸਾਲਾਂ ਬਾਅਦ ਤੁਸੀਂ ਇਕੱਠੇ ਰਹਿੰਦੇ ਰਹੇ ਕਰਦੇ ਰਹੇ ਅਤੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਆ ਕੇ ਕਰੋਗੇ ਔਰ ਉਹੀ ਸੀ ਜਦੋਂ ਪ੍ਰੈਸ਼ਰ ਪੋਲੀਟੀਕਲ ਪ੍ਰੈਸ਼ਰ ਪ੍ਰੈਸ਼ਰ ਪਿਆ ਤੁਸੀਂ ਇਹ ਮੰਨਦੇ ਹੋ ਪੋਲੀਟੀਕਲ ਵੈਂਡੇਟਾ ਸੀ ਮੈਂ ਸਮਝਦਾ ਕਿ ਇਹ ਜਿਹੜਾ ਵਾ ਪ੍ਰੈਸ਼ਰ ਪਾ ਕੇ ਜਿਹੜਾ ਕੀਤਾ ਗਿਆ ਔਰ ਜਦੋਂ ਪ੍ਰੈਸ਼ਰ ਥੋੜ੍ਹਾ ਘਟਿਆ ਉਹ ਇਲੈਕਸ਼ਨ ਜਿਹੜੀ ਗੁਰਦਾਸਪੁਰ ਵਾਲੀ ਨਿਕਲ ਗਈ ਉਸ ਤੋਂ ਬਾਅਦ ਜਿਹੜਾ ਵਾ ਉਹਨਾਂ ਨੇ ਵੀ ਆਪਣਾ ਮੈਨੇਜ ਕਰ ਲਿਆ ਅਤੇ ਉਹੀ ਬੀਬੀ ਜਿਹੜੀ ਆ ਜਿਹੜੀ ਅੱਗੇ ਜਾ ਕੇ ਕੁਝ ਕਹਿ ਰਹੀ ਆ ਅਤੇ ਉਹੀ ਆ ਕੇ ਕਹਿੰਦੀ ਨਹੀਂ ਮੇਰਾ ਤਾਂ ਕੋਈ ਗੱਲ ਨਹੀਂ ਹੈ ਕੋਈ ਬਾਤ ਨਹੀਂ ਹੈ ਤਾਂ ਬਿਲਕੁਲ ਹੀ ਪੁਲਿਸ ਨੇ ਜ਼ਬਰਦਸਤੀ ਜਿਹੜਾ ਵਾ ਉਹ ਸਾਰਾ ਕੁਝ ਕੀਤਾ ਦੂਸਰੀ ਗੱਲ ਜਿਹੜੀ ਤੁਸੀਂ ਸਿੱਧੂ ਸਾਹਿਬ ਦੀ ਕਹਿ ਰਹੇ ਹੋ ਇਹ ਤੁਸੀਂ ਜੇ ਕਹਿ ਰਹੇ ਹੋ ਨਾ ਕੋਈ ਬਰੀ ਹੋ ਗਿਆ ਇਹ ਬਿਲਕੁਲ ਗਲਤ ਗੱਲ ਆ ਉਹ ਬਰੀ ਨਹੀਂ ਹੋਇਆ ਉਹ ਕਨਵਿਕਟ ਕਨਵਿਕਸ਼ਨ ਜਿਹੜੀ ਉਹਦੀ ਹੈ ਸਜ਼ਾ ਉਹਦੀ ਜਿਹੜੀ ਆ ਬਹਾਲ ਰੱਖੀ ਗਈ ਆ ਪਰ ਲੈਸਰ ਓਫੈਂਸ ਉਹ ਬਰੀ ਨਹੀਂ ਹੈ ਉਹਦੇ ਤੇ ਸਜ਼ਾ ਜਿਹੜੀ ਕੀਤੀ ਆ ਉਹਦੇ ਤੇ ਜੁਰਮਾਨਾ ਜਿਹੜਾ ਪਾਇਆ ਵਾ ਚਾਹੇ ਜੁਰਮਾਨਾ ਜਿਹੜਾ ਫਾਈਨ ਹੈ 1 ਰੁਪਏ ਦਾ ਵੀ ਹੈ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੈ ਟੂ ਬੀ ਵੈਰੀ ਹਾਂਜੀ ਟੋਟਲੀ ਐਕਵਿਟਡ ਨਹੀਂ ਇੱਕ ਓਫੈਂਸ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਹੈ ਟੋਟਲ ਹੈ ਜੀ ਟੋਟਲ ਮੈਂ ਵੀ ਰੋਂਗ ਹੋ ਸਕਦਾ ਪਰ ਜਿੱਥੋਂ ਤੱਕ ਮੇਰੀ ਸੀ ਕਿ ਲੈਸਰ ਓਫੈਂਸ ਦੇ ਲਈ ਕਿ 23 ਬਣੀ ਹੈ ਤੇ ਉਹਨੇ ਸਜ਼ਾ ਕਰ ਲਈ ਹੈ ਤੇ ਇਹ ਹੋਇਆ ਉਸ ਮਾਮਲੇ ਤੇ ਵੀ ਬਹੁਤ ਸਿਆਸਤ ਹੋਈ ਹੈ ਵਾਟਸਐਪ ਸਿਆਸਤ ਜਿਹੜੀ ਹੈ ਸ਼ੁਰੂ ਤੋਂ ਹੀ ਹਰ ਗੱਲ ਦੇ ਵਿੱਚ ਖਾਸ ਕਰਕੇ ਜਿਹੜੀ ਹੈ ਸਾਡੇ ਪੰਜਾਬ ਦੇ ਵਿੱਚ ਇਹ ਅਨਫਾਰਚੂਨੇਟਲੀ ਹੈ ਕਿ ਸਾਡੀ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੋਲੀਟੀਕਲ ਪ੍ਰੈਸ਼ਰ ਕਰਕੇ ਪੋਲੀਟੀਕਲ ਇੰਟਰਫੀਰੈਂਸ ਕਰਕੇ ਜਿਹੜੀ ਰਹਿੰਦੀ ਹੈ ਉਹਦਾ ਕਰਕੇ ਤੁਸੀਂ ਲੰਗਾਹ ਸਾਹਿਬ ਦੇ ਮਾਮਲੇ 'ਚ ਮੰਨਦੇ ਹੋ ਕਿ ਲੰਗਾਹ ਨੂੰ ਪੋਲੀਟੀਕਲ ਵੈਂਡੇਟਾ ਤਹਿਤ ਫਸਾਇਆ ਗਿਆ ਮੈਂ ਪ੍ਰਾਈਮਾ ਫੇਸੀ ਸਮਝਦਾ ਹਾਂ ਕਿ ਇਹ ਜਿਹੜਾ ਕੇਸ ਹੈ ਇਹ ਕੇਸ ਅਦਰਵਾਈਜ਼ ਬਣਦਾ ਨਹੀਂ ਸੀ ਜੇ ਪੁਲਿਸ ਨੂੰ ਫੋਰਸ ਕਰਕੇ ਨਾ ਕੀਤਾ ਗਿਆ ਕੇਸ ਬੰਦਾ ਨਹੀਂ ਸੀਗਾ ਤੁਸੀਂ ਕੇਸ ਰੇਪ ਦਾ ਕੇਸ ਨਹੀਂ ਸੀ ਬੰਦਾ ਹੋਰ ਕੋਈ ਵੀ ਕੇਸ ਬੰਦਾ ਨਹੀਂ ਸੀਗਾ ਤੁਸੀਂ ਕੇਸ ਥੋਪਿਆ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਅਸੀਂ ਵਿਜੀਲੈਂਸ ਨੂੰ ਨਹੀਂ ਵਰਤਦੇ ਅਸੀਂ ਪੁਲਿਸ ਨੂੰ ਨਹੀਂ ਵਰਤੇ ਸਾਰੀ ਏਜੰਸੀ ਆਪਦਾ ਕੰਮ ਕਰਦੀ ਮੈਂ ਤੁਹਾਨੂੰ ਜੇ ਇਹ ਪੋਲੀਟੀਕਲ ਵੈਂਡੇਟਾ ਸੀ ਜਾਂ ਜੇ ਕੇਸ ਬਣਦਾ ਇਹਨੂੰ ਨਜਾਇਜ਼ ਬਣਾਇਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਇਹਦੇ 'ਤੇ ਫਾਈਟ ਕਰਦਾ ਕਿ ਸਾਡੇ ਬੰਦੇ ਨੂੰ ਗਲਤ ਫਸਾਇਆ ਜਾ ਰਿਹਾ ਉਹ ਤਾਂ ਸਾਰਾ ਕੁਛ ਉਹਨਾਂ ਦੀ ਕੰਸੈਂਟ ਨਾਲ ਹੋ ਰਿਹਾ ਇਹਦੇ 'ਚ ਪਤਾ ਕੀ ਹੋਇਆ ਕਿ ਸੁੱਚਾ ਸਿੰਘ ਲਗਾਹ ਨੂੰ ਤੁਰੰਤ ਅਕਾਲੀ ਦਲ 'ਚੋਂ ਕੱਢ ਦਿੱਤਾ ਗਿਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਹਨੂੰ ਸਿੱਕੀ 'ਚੋਂ ਖਾਰਜ ਕਰ ਦਿੱਤਾ ਇਹ ਕਿਉਂ ਕੀਤਾ ਜੀ ਫਿਰ ਇਹ ਦੇਖੋ ਜੀ ਕਿਉਂ ਕੀਤਾ ਕਿਉਂ ਕੀਤਾ ਫਿਰ ਇਹ ਉਹਨੂੰ ਡਿਫੈਂਡ ਕਰਦੇ ਨਹੀਂ ਉਹਨੂੰ ਬਹੁਤ ਸੰਜੀਦਾ ਡਿਬੇਟ ਕਰ ਰਿਹਾ ਨਹੀਂ ਬਿਲਕੁਲ ਸੰਜੀਦਾ ਕਰ ਰਿਹਾ ਮੈਂ ਕਿਹਾ ਫਿਰ ਮੈਂ ਦੱਸੋ ਤੁਸੀਂ ਅਕਾਲੀ ਦਲ ਨੇ ਪਾਰਟੀ 'ਚੋਂ ਕੱਢਿਆ ਅਕਾਲੀ ਦਲ ਨੇ ਉਹਨੂੰ ਗੁਨਾਹਗਾਰ ਮੰਨਿਆ ਤੁਸੀਂ ਇਹ ਕਹਿ ਰਹੇ ਹੋ ਬਿਲਕੁਲ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖੀ 'ਚੋਂ ਠੇਕਿਆ ਪੰਜ ਠੇਕਿਆ ਹਾਲਾਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹੋ ਜਿਹੇ ਮਾਮਲਿਆਂ ਦੇ ਵਿੱਚ ਇਨਵੋਲਵ ਨਹੀਂ ਕਰਨਾ ਪ੍ਰੈਸ਼ਰ ਨਹੀਂ ਪਾਇਆ ਪੁਲਿਸ ਤੇ ਨਹੀਂ ਕਿਸੇ ਏਜੰਸੀ ਤੇ ਕੋਈ ਪ੍ਰੈਸ਼ਰ ਨਹੀਂ ਪਾਇਆ ਤੁਸੀਂ ਮੈਨੂੰ ਐਂ ਦੱਸੋ ਇੱਕ ਜਿਹੜੀ ਹੈ ਸਾਹਮਣੇ ਆਈ ਸਾਰਿਆਂ ਦੇ ਉਹਦੇ ਤੋਂ ਡਿਨਾਈ ਨਹੀਂ ਕੀਤਾ ਗਿਆ ਜਿਹੜੀ ਜੋ ਕੁਛ ਦੇਖਿਆ ਉਹਦੇ 'ਚ ਸੁੱਚਾ ਸਿੰਘ ਲਗਾਹ ਸਾਹਮਣੇ ਹੈ ਠੀਕ ਹੈ ਮੈਂ ਆ ਰਿਹਾ ਉਹਦੇ 'ਚ ਪੋਲੀਟੀਕਲ ਵੈਂਡੇਟਾ ਕਿੱਥੋਂ ਆ ਗਿਆ ਮੇਰਾ ਸਵਾਲ ਹੈਗਾ ਲਗਾਹ ਸਾਹਿਬ ਬਾਹਰ ਆਉਂਦੇ ਆ ਕਹਿੰਦੇ ਹੁਣ ਤਾਂ ਹਨੇਰੀ ਆ ਜਾਊਗੀ ਤੂਫਾਨ ਆ ਜਾਊਗਾ ਲੰਗਾਹ ਸਾਹਿਬ ਦੇ ਬਾਹਰ ਹੋਣ ਦੇ ਨਾਲ ਲੰਗਾਹ ਸਾਹਿਬ ਦੇ ਬਰੀ ਹੋਣ ਦੇ ਨਾਲ ਕਿਹੜਾ ਤੂਫਾਨ ਕਿਹੜੀ ਹਨੇਰੀ ਆ ਜਾਊਗੀ ਜਿਹੜੀ ਬੰਦ ਹੋ ਗਈ ਸੀ ਉਹਨਾਂ ਦੇ ਕਹਿਣ ਦਾ ਇਹ ਮਤਲਬ ਨਹੀਂ ਹੈਗਾ ਉਹਨਾਂ ਦੇ ਕਹਿਣ ਦਾ ਸਿਰਫ ਇਹ ਮਤਲਬ ਹੈ ਵੀ ਜਿਹੜਾ ਪਹਿਲਾਂ ਗਲਤ ਕੇਸ ਬਣਾਇਆ ਗਿਆ ਸੀਗਾ ਠੀਕ ਹੈ ਜੀ ਉਹ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਇਆ ਗਿਆ ਸੀ ਔਰ ਜਿਹੜੀ ਸੰਧੂ ਸਾਹਿਬ ਨੇ ਗੱਲ ਕਹੀ ਹੈ ਮੈਂ ਉਹਦੇ 'ਤੇ ਵੀ ਜਵਾਬ ਦੇਣਾ ਚਾਹੁੰਦਾ ਹਾਂ ਵੀ ਜਦੋਂ ਕਿਸੇ ਆਦਮੀ 'ਤੇ ਕੋਈ ਸਟਿਗਮਾ ਲੱਗਦਾ ਉਸ 'ਤੇ ਇਸ ਕਰਕੇ ਅਕਾਲੀ ਦਲ ਨੇ ਉਹਨਾਂ ਨੂੰ ਵੱਖ ਕੀਤਾ ਕਿ ਸਾਡੀ ਇਹਨਾਂ ਨੂੰ ਕੋਈ ਸ਼ੈਅ ਪ੍ਰਾਪਤ ਨਹੀਂ ਹੈਗੀ ਵੀ ਅਸੀਂ ਇਹਨਾਂ ਨੂੰ ਕੋਈ ਸ਼ੈਅ ਦਈਏ ਤੇ ਸਾਡੇ ਤੇ ਇਹ ਇਲਜ਼ਾਮ ਹੁਣ ਵਾਪਸ ਲੈ ਰਹੇ ਹੋ ਹਾਂਜੀ ਲੰਗਾਹ ਸਾਹਿਬ ਨੂੰ ਹੁਣ ਵਾਪਸ ਲੈ ਰਹੇ ਹੋ ਪਾਰਟੀ ਹਾਈ ਕਮਾਂਡ ਦਾ ਮਸਲਾ ਹੈਗਾ ਜੀ ਪਰ ਪਾਰਟੀ ਨੇ ਜਦੋਂ ਉਹਨਾਂ ਤੇ ਦੋਸ਼ ਲੱਗੇ ਆਪਣੇ ਆਪ ਨੂੰ ਉਸ ਤੋਂ ਵੱਖ ਕਰ ਪਾਰਟੀ ਨੇ ਵੈਲਕਮ ਕੀਤਾ ਡਿਸੀਜਨ ਪਾਰਟੀ ਵੈਲਕਮ ਕਰ ਰਹੀ ਹੈ ਡਿਸੀਜਨ ਪਾਰਟੀ ਤਾਂ ਜਦੋਂ ਆਉਣਗੇ ਪਾਰਟੀ ਦੇ ਨਹੀਂ ਰੋਜ਼ ਜਿਹੜੇ ਸਿੱਖਾਂ ਨਾਲ ਸੰਬੰਧਿਤ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਕਿ ਸਾਰਿਆਂ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਇਸ ਤਰ੍ਹਾਂ ਦਾ ਦਖਲ ਦਿੰਦਾ ਕਿ ਉਹਨੂੰ
ਦੋਸ਼ ਮੁਕਤ ਹੋਇਆ ਸੁੱਚਾ ਸਿੰਘ ਲੰਗਾਹ ਤਾਂ ਪਾਰਟੀ ਵੈਲਕਮ ਕਰ ਰਹੀ ਹੈ ਜੇ ਦੋਸ਼ ਮੁਕਤ ਹੋਇਆ ਤਾਂ ਪਾਰਟੀ ਦੇ ਵਿੱਚ ਲਿਆਉਣਾ ਪਊਗਾ ਲਿਆਉਣਾ ਪਊਗਾ ਅੱਛਾ ਲੈ ਕੇ ਆ ਰਹੇ ਹੋ ਤੁਸੀਂ ਪੰਜ ਚੋਂ ਛੇਕੇ ਜਾਣ ਦੇ ਬਾਵਜੂਦ ਪਾਰਟੀ ਵਾਪਸ ਲਊਗੀ ਜਾਂ ਇੰਤਜ਼ਾਰ ਕਰੋਗੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਕੀ ਹੁੰਦਾ ਕਿਉਂਕਿ ਸੁੱਚਾ ਸਿੰਘ ਲੰਗਾਹ ਨੇ ਕਿਹਾ ਮੈਂ ਅਕਾਲ ਤਖ਼ਤ ਸਾਹਿਬ ਦੇ ਕੋਲ ਜਾਣਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਤਾਂ ਹਰ ਸਿੱਖ ਹੀ ਪੇਸ਼ ਹੁੰਦਾ ਜੇ ਕਿਸੇ ਦੇ ਉੱਤੇ ਕੋਈ ਇਲਜ਼ਾਮ ਲੱਗਿਆ ਉਹਨਾਂ ਨੂੰ ਪਾਕ ਸਾਹਿਬ ਤੁਸੀਂ ਕਲੀਅਰ ਨਹੀਂ ਹੈਗੇ ਆਪਦੀ ਗੱਲ ਕੇ ਪੀ ਸਿੰਘ ਜੀ ਦੋ ਚੀਜ਼ਾਂ ਨੇ ਇਹਦੇ ਵਿੱਚ ਹਾਂ ਦੋ ਚੀਜ਼ਾਂ ਨੇ ਇੱਕ ਤਾਂ ਹੈ ਕਿ ਅਦਾਲਤ ਜਿਹੜੀ ਹੈ ਸਰਕਾਰ ਦੀ ਜਿਹੜੀ ਅਦਾਲਤ ਹੈ ਉਹਨਾਂ ਨੇ ਉਹਨੂੰ ਸਾਰੇ ਦੋਸ਼ਾਂ ਦੇ ਉੱਤੋਂ ਬਰੀ ਕੀਤਾ ਦੂਸਰੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਅਕਾਲ ਤਖ਼ਤ ਦੀ ਜਾਂ ਪਾਰਟੀ ਦੀ ਉਹਦੇ ਵਿੱਚ ਜਿਹੜੇ ਦੋ ਚੀਜ਼ਾਂ ਕਿ ਹਾਂ ਮੋਰਲੀ ਜਿਹੜਾ ਨੈਤਿਕ ਤੌਰ ਤੇ ਇਹ ਜੋ ਕੀਤਾ ਗਿਆ ਉਹ ਗਲਤ ਕੀਤਾ ਗਿਆ ਇਹ ਗੱਲ ਇਸ਼ੂ ਜਿਹੜਾ ਵਾ ਕਿ ਇੱਕ ਸਿੱਖ ਹੁੰਦਿਆਂ ਹੋਇਆ ਅਕਾਲ ਤਖ਼ਤ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਜਾਂ ਪਾਰਟੀ ਨੇ ਵੀ ਕਿ ਇੱਕ ਸਿੱਖ ਹੁੰਦਿਆਂ ਹੋਇਆ ਇੱਕ ਜਿਹੜਾ ਮਤਲਬ ਅੰਮ੍ਰਿਤ ਛਕਿਆ ਹੋਇਆ ਤੁਸੀਂ ਕਹਿ ਰਹੇ ਹੋ ਕਿ ਨੈਤਿਕਤਾ ਦੇ ਤੌਰ ਤੇ ਨੈਤਿਕ ਤੌਰ ਵਾਪਸ ਨਹੀਂ ਲੈਣਾ ਚਾਹੀਦਾ ਸੋਚ ਸਕਦੇ ਮੈਂ ਇਹ ਨਹੀਂ ਕਹਿੰਦਾ ਇਹ ਪਾਰਟੀ ਦਾ ਮਸਲਾ ਵਾ ਪਰ ਇਹ ਕਹਿੰਦਾ ਕਿ ਜਿਹੜੇ ਉਹਨਾਂ ਐਕਸ਼ਨ ਲਿਆ ਕਿ ਭਾਵੇਂ ਜਿਹੜਾ ਅਦਾਲਤੀ ਤੌਰ ਤੇ ਤਾਂ ਬਰੀ ਹੋ ਗਿਆ ਪਰ ਇੱਕ ਨੈਤਿਕਤਾ ਤੌਰ ਤੇ ਵਿਆਹ ਵਰਾ ਬੰਦਾ ਜਿਹੜਾ ਵਾ ਉਹ ਦੂਜੇ ਸੰਬੰਧ ਰੱਖਦਾ ਬੱਚੇ ਹੁੰਦਿਆਂ ਹੋਇਆ ਉਮਰ ਦਾ ਗੈਪ ਹੈ ਸਾਰੀਆਂ ਚੀਜ਼ਾਂ ਨੇ ਉਹਦਾ ਕਰਕੇ ਜੋ ਕੀਤਾ ਵਾ ਨੈਤਿਕਤਾ ਦੇ ਤੌਰ ਤੇ ਮੋਰਲ ਟਰਪਚੀਟਿਊਡ ਜਿਹੜਾ ਇਹਦੇ ਵਿੱਚ ਇਨਵੋਲਵ ਹੈ ਕਿ ਤੁਹਾਨੂੰ ਲੱਗਦਾ ਨੈਤਿਕਤਾ ਸਮਾਜੀ ਤੌਰ ਦੇ ਉੱਤੇ ਜਿਹੜੀ ਆ ਗਲਤ ਸਾਹਿਬ ਤੋਂ ਲੱਗਦਾ ਨੈਤਿਕਤਾ ਜਿਉਂਦੀ ਹੈ ਕੁਝ ਨਾ ਕੁਝ ਤਾਂ ਹੈ ਜੀ ਫਿਰ ਵੀ ਕੁਝ ਨਾ ਕੁਝ ਤਾਂ ਹੈ ਅਸੀਂ ਸਾਰੀ ਨਹੀਂ ਮਰ ਗਏ ਸੋਸਾਇਟੀ ਚ ਨਾਰਕੀ ਫੈਲ ਜੀ ਸਾਹਿਬ ਮੈਂ ਬਾਟ ਸਾਹਿਬ ਨਾਲ ਲੀਗਲੀ ਪ੍ਰੋਫੈਸ਼ਨਲ ਤੇ ਦੂਜੇ ਕੋ ਪੈਨਲਿਸਟ ਨਾਲ ਇਸ ਗੱਲ ਤੇ ਮੇਰੀ ਸਹਿਮਤੀ ਇਹਨਾਂ ਨਾਲ ਹੈ ਨਹੀਂ ਗੀ ਵੀ ਕੇਸ ਨਹੀਂ ਬਣਦਾ ਸੀ ਉਹ ਕੰਸੈਂਸੂਅਲ ਸੀਗੀ ਜਿਹੜੀ ਕੰਸੈਂਟ ਉੱਤੇ ਇਨਵੋਲਵ ਸੀਗੀ ਇਸ ਕੇਸ ਨੂੰ ਆਪਾਂ ਨੂੰ ਦੂਜੇ ਆਮ ਕੇਸਾਂ ਨਾਲੋਂ ਰੇਪ ਦੇ ਨਾਲੋਂ ਥੋੜ੍ਹਾ ਜਿਹਾ ਵੱਖਰਾ ਦੇਖਣਾ ਪਊਗਾ ਕਿਉਂਕਿ ਸੁੱਚਾ ਸਿੰਘ ਜਿਹੜੇ ਵੀ ਸੀਗੇ ਆਪਣੇ ਲੰਗਾਹ ਸਾਹਿਬ ਉਦੋਂ ਇੱਕ ਅਥਾਰਟੀ ਦੇ ਐਜ ਏ ਮਿਨਿਸਟਰ ਉਹ ਕੰਮ ਕਰ ਰਹੇ ਸੀਗੇ ਤੇ ਉਹਨਾਂ ਦਾ ਅਨਡਿਊ ਇਨਫਲੂਐਂਸ ਸੀਗਾ ਉਹਦੀ ਕੰਸੈਂਟ ਲੈਣ ਦੇ ਵਿੱਚ ਇਸ 'ਤੇ ਲਾਅ ਬੜਾ ਕਲੀਅਰ ਆ ਜਦੋਂ ਬੰਦਾ ਕਿਸੇ ਅਥਾਰਟੀ 'ਤੇ ਹੋਵੇ ਤਾਂ ਉਹਦਾ ਅਨਡਿਊ ਇਨਫਲੂਐਂਸ ਪਾ ਕੇ ਉਹਦੀ ਕੰਸੈਂਟ ਲੈਂਦਾ ਤਾਂ ਉਹਦੀ ਉਹ ਕੰਸੈਂਟ ਨਹੀਂ ਮੰਨੀ ਜਾਊਗੀ ਇਸ ਕੇਸ ਵਿੱਚ ਵੀ ਉਹੀ ਜਿਹੜੀਆਂ ਪ੍ਰੋਵੀਜ਼ਨ ਤੇ ਪ੍ਰੂਫ ਕਿਵੇਂ ਹੋਊਗਾ ਪ੍ਰੂਫ ਆ ਸਰ ਇਟ ਇਸ ਪ੍ਰੂਵਡ ਇਹ ਝੂਠ ਤਾਂ ਨਹੀਂ ਲਗਾ ਸਾਹਿਬ ਮਿਨਿਸਟਰ ਨਹੀਂ ਸੀ ਮਿਨਿਸਟਰ ਸੀਗੇ ਤੇ ਉਹ ਲੇਡੀ ਦਾ ਜਿਹੜਾ ਕੱਦ ਆ ਉਦੋਂ ਕਿਤੇ ਉੱਤੇ ਥੱਲੇ ਸੀਗਾ ਤੇ ਉਹ ਜਿਹੜੀ ਉਹਦੀ ਕੰਸੈਂਟ ਸੀਗੀ ਉਹ ਫਰੀ ਤੇ ਵੋਲੰਟਰਲੀ ਨਹੀਂ ਸੀਗੀ ਇੱਛਾ ਮੁਤਾਬਕ ਨਹੀਂ ਸੀ ਕਿਤੇ ਕਿਤੇ ਉੱਥੇ ਉਹ ਇਨਫਲੂਐਂਸ ਦੇ ਅੰਡਰ ਉਹਨੇ ਕੰਸੈਂਟ ਦਿੱਤੀ ਸੀ ਇਹ ਤਾਂ ਉਹੀ ਦੱਸ ਸਕਦੇ ਹੁਣ ਆਪਾਂ ਨਹੀਂ ਸਰ ਉਹ ਨਹੀਂ ਦੱਸ ਸਕਦੇ ਮੈਨੂੰ ਆਲਾ ਤਾਂ ਬੁੱਢਾ ਸੇ ਮੈਨੂੰ ਆਲਾ ਤਾਂ ਬੁੱਢਾ ਸੇ ਬਰਾਕ ਨਹੀਂ ਜਿਵੇਂ ਕੇਸ ਖੁਦ ਲੜਿਆ ਨਹੀਂ ਨਹੀਂ ਸਰ ਕੇਸ ਨਹੀਂ ਖੁਦ ਲੜਿਆ ਇੱਕ ਮਿੰਟ ਲੋ ਸਾਹਿਬ ਸੋਲਟ ਲੋ ਸਾਹਿਬ ਵਿੱਚ ਨਾ ਬੋਲੀ ਜੀਰੋ ਅੱਜ ਨਹੀਂ ਮੈਂ ਤੁਹਾਨੂੰ ਦੇਖੋ ਮੈਂ ਆਪਦੀ ਮੈਂ ਸਮਝ ਮੁਤਾਬਕ ਗੱਲ ਕਰ ਰਿਹਾ ਮੇਰੀ ਸਮਝ ਇਹ ਕਹਿੰਦੀ ਆ ਉਹ ਕੇਸ ਵਾਕਿਆ ਹੀ ਬਣਦਾ ਸੀਗਾ ਕਿਉਂਕਿ ਇਹ ਫੈਕਟ ਆ ਉਹ ਲੇਡੀ ਸੁੱਚਾ ਸਿੰਘ ਉਹਦੇ ਲੰਗਾਹ ਦੇ ਮੁਕਾਬਲੇ 'ਚ ਕੁਛ ਵੀ ਨਹੀਂ ਸੀ ਉਹ ਇੱਕ ਅਥਾਰਟੀ ਕੰਮ ਕਰ ਰਿਹਾ ਸੀਗਾ ਮਿਨਿਸਟਰ ਸੀਗਾ ਅਤੇ ਉਹਦਾ ਇਨਫਲੂਐਂਸ ਜਿਹੜਾ ਸੀਗਾ ਅਨਡਿਊ ਸੀਗਾ ਇਸ ਕਰਕੇ ਜਿਹੜਾ ਕੁਛ ਹੋਇਆ ਹੈ ਰਾਜਨੀਤਿਕ ਚਾਰਾਜੋਰੀ ਨਾਲ ਹੀ ਇਹ ਵੀ ਕੇਸ ਜਿਹੜਾ ਚਲੋ ਠੀਕ ਹੈ ਇੱਕ ਹੋਰ ਛੋਟਾ ਬ੍ਰੇਕ ਲੈ ਬ੍ਰੇਕ ਤੋਂ ਵਾਪਸ ਆਵਾਂਗੇ ਆ ਰਹੇ ਹਾਂ ਢਿੱਲੋ ਸਾਹਿਬ ਆਉਂਗਾ ਵਾਪਸ ਬ੍ਰੇਕ ਤੋਂ ਵਾਪਸ ਆਵਾਂਗੇ ਸਿਆਸੀ ਬਦਲਾਖੋਰੀ 'ਚੋਂ ਕਿਹੜੇ ਨੇਤਾ ਜੀ ਬਰੀ ਹੋ ਗਏ ਨੇ ਅਤੇ ਕਿਹੜੇ ਨੇਤਾ ਜੀ ਹਜੇ ਫਸੇ ਹੋਏ ਆ ਕਿਉਂਕਿ ਸਵਾਲ ਨੈਤਿਕਤਾ ਦਾ ਵੀ ਆਖਿਆ ਅਤੇ ਜੋ ਸਵਾਲ ਇਹੋ ਜਿਹਾ ਹੁੰਦਾ ਅਤੇ ਸਵਾਲ ਇਹ ਵੀ ਪੁੱਛਣਾ ਬਣਦਾ ਹੈਗਾ ਕਿ ਕਾਨੂੰਨ ਦੇ ਲਚੀਲੇਪਨ ਦਾ ਫਾਇਦਾ ਤਾਂ ਨਹੀਂ ਕੋਈ ਚੁੱਕ ਰਿਹਾ ਬ੍ਰੇਕ ਤੋਂ ਵਾਪਸ ਆ ਰਹੇ ਪਿਛਲੇ ਦਿਨਾਂ ਅੰਦਰ ਵੱਖ ਵੱਖ ਪਾਰਟੀਆਂ ਦੇ ਵੱਡੇ ਚਿਹਰੇ ਕਿਹੜੀ ਬਦਲਾਖੋਰੀਆਂ ਤੋਂ ਬਰੀ ਹੋਏ ਆ ਅਰਵਿੰਦ ਮਿੱਤਲ ਸਾਹਿਬ ਨਵਜੋਤ ਸਿੰਘ ਸਿੱਧੂ ਤੁਹਾਡੀ ਪਾਰਟੀ 'ਚ ਰਹੇ ਆ ਪਹਿਲਾਂ ਉਸ ਤੋਂ ਬਾਅਦ ਹੁਣ ਇਹ ਮਾਮਲੇ ਦੇ ਵਿੱਚ ਉਹਨਾਂ ਨੂੰ 1000 ਰੁਪਏ ਤਕਰੀਬਨ ਜੁਰਮਾਨਾ ਹੋਇਆ ਅਸੀਂ ਇਸ ਕੇਸ ਨੂੰ ਕਿਸ ਨਜ਼ਰੀਏ ਨਾਲ ਦੇਖੀਏ ਮੈਂ ਇੱਕ ਬੜਾ ਸਪੈਸੀਫਿਕ ਸਵਾਲ ਕਰ ਰਿਹਾ ਦੇਖੋ ਇਹ ਰੋਡ ਰੇਜ ਦਾ ਕੇਸ ਸੀ ਨਾ ਉਹ ਜਿਸ ਵੇਲੇ ਉਹ ਕੇਸ ਹੋਇਆ ਨਾ ਉਹ ਕਿਸੇ ਸਿਆਸੀ ਪਾਰਟੀ 'ਚ ਸੀਗੇ ਨਾ ਸਿਆਸਤ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਸੀ ਉਸ ਵੇਲੇ ਕ੍ਰਿਕਟ ਦੇ ਪਲੇਅਰ ਸੀ ਇੱਕ ਡਿਸਪਿਊਟ ਹੋਇਆ ਡਿਸਪਿਊਟ ਦੇ ਵਿੱਚ ਕੀ ਹੋਇਆ ਉਸ ਦੇ ਬੇਸ ਦੇ ਉੱਤੇ FIR ਰਜਿਸਟਰ ਹੋਈ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪੂਰਾ ਕ੍ਰਿਕਟ ਦਾ ਜਿਹੜਾ ਕੈਰੀਅਰ ਸੀ ਉਹਨੂੰ ਚਲਾਇਆ ਉਸ ਤੋਂ ਬਾਅਦ ਕਮੈਂਟੇਟਰ ਰਹੇ ਬਾਅਦ ਦੇ ਵਿੱਚ ਸਿਆਸਤ ਦੇ ਵਿੱਚ ਆਏ ਇਹਨਾਂ ਨੂੰ ਬਰੀ ਹੋਇਆ ਮੰਨਿਆ ਜਾਵੇ ਕੀ ਮੰਨਿਆ ਜਾਵੇ ਬਿਲਕੁਲ ਬਰੀ ਹੋ ਕੇ ਮੈਰਿਟ ਦੇ ਉੱਤੇ ਬਰੀ ਹੋਏ ਨੇ ਉਹ ਮੈਂ ਅਸੀਂ ਆਪਾਂ ਇਹਨੂੰ ਕਿਵੇਂ ਕਹਿ ਸਕਦੇ ਕਿਉਂਕਿ ਜਾਂ ਤਾਂ ਕੇਸ ਰਜਿਸਟਰ ਕਿਸੇ ਸਿਆਸਤ ਦੇ ਤਹਿਤ ਹੋਇਆ ਹੋਵੇ ਫਿਰ ਤਾਂ ਕਹੀਏ ਵੀ ਇਹ ਸਿਆਸਤ ਦੇ ਤੌਰ ਦੇ ਉੱਤੇ ਹੋਇਆ ਕਿਉਂਕਿ ਵਾਰ ਵਾਰ ਕਾਂਗਰਸ ਹੀ ਇਲਜ਼ਾਮ ਲਗਾਉਂਦੇ ਰਹੇ ਆ ਕਿ ਅਕਾਲੀ ਦਲ ਵਾਲੇ ਜਾਂ ਹੋਰ ਪਾਰਟੀਆਂ ਵਾਲੇ ਉਹਨਾਂ ਨੂੰ ਜਾ ਕੇ ਸੁਣਦੇ ਰਹੇ ਆ ਜਿਹੜਾ ਪੀੜਤ ਪੱਖ ਸੀਗਾ ਦੇਖੋ ਪੀੜਤ ਪੱਖ ਨੂੰ ਸੁਣਨਾ ਜਾਂ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਰਾਜਨੀਤੀ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਜਿਸ ਆਦਮੀ ਜਿਹੜਾ ਵੀ ਆਦਮੀ ਇਹ ਕਹਿੰਦਾ
ਕਿ ਵੀ ਮੇਰੇ ਨਾਲ ਤਾਂ ਜੀ ਧੱਕਾ ਹੋ ਗਿਆ ਉਹਦੇ ਕੋਲ ਲੋਕ ਜਾਂਦੇ ਆ ਲੇਕਿਨ ਕੋਰਟ ਦਾ ਮਸਲਾ ਹੈ ਜਿਹੜਾ ਕਿਉਂਕਿ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਕੋਰਟ ਦੇ ਵਿੱਚ ਕੇਸ ਬਹੁਤ ਪਹਿਲੇ ਚਲਾ ਗਿਆ ਸੀ ਮੇਰਾ ਜਿੱਥੇ ਤੱਕ ਮੇਰੇ ਯਾਦ ਹੈ ਕੋਰਟ ਦੇ ਵਿੱਚ ਕੇਸ 1990 ਦਾ ਮਾਮਲਾ 88 ਦਾ ਮਾਮਲਾ ਤੇ 90 91 92 ਦੇ ਵਿੱਚ ਤੱਕ ਤਾਂ ਚਲਾਨ ਵੀ ਪੇਸ਼ ਹੋ ਚੁੱਕਿਆ ਸੀ ਔਰ ਉਸ ਵੇਲੇ ਕੋਈ ਐਸਾ ਕੋਈ ਬਹੁਤ ਜ਼ਿਆਦਾ ਸਿਆਸਤ ਗਰਮ ਨਹੀਂ ਸੀ ਕਿਉਂਕਿ ਮੈਨੂੰ ਯਾਦ ਹੈ ਉਸ ਵੇਲੇ ਸਰਕਾਰ ਵੀ 92 'ਚ ਬਣੀ ਕਾਂਗਰਸ ਦੀ ਸਰਕਾਰ ਜਿਹੜੀ ਬਣੀ ਸੀ ਉਸ ਤੋਂ ਪਹਿਲੇ ਤਾਂ ਇੱਥੇ ਗਵਰਨਰ ਰੂਲ ਸੀ ਸੋ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਬਹੁਤ ਜ਼ਿਆਦਾ ਉਹਦੇ 'ਚ ਸਿਆਸਤ ਸੀ ਬਲਾਤਕਾਰ ਕੀਤਾ ਗਿਆ ਸੀ ਕਿ ਉਹਦੇ ਬਾਰੇ ਕੀ ਖਿਆਲ ਕਰ ਸਕਦੇ ਕਿ ਉੱਥੇ ਉਹ ਇਨਫਲੂਐਂਸ਼ਲ ਨਹੀਂ ਸੀ ਬੰਦਾ ਇੱਕ ਰਾਸ਼ਨ ਕਾਰਡ ਬਣਾਉਣ ਸੰਦੀਪ ਜੀ ਦੀ ਗੱਲ ਕਰ ਹਾਂ ਜੀ ਰਾਸ਼ਨ ਕਾਰਡ ਵਾਲੇ ਕੇਸ ਦੀ ਰਾਸ਼ਨ ਕਾਰਡ ਵਾਲੇ ਕੇਸ ਦੀ ਨੈਤਿਕਤਾ ਤਾਂ ਹਰ ਜਗ੍ਹਾ ਜ਼ਰੂਰੀ ਹੈ ਮੈਂ ਤਾਂ ਨੈਤਿਕਤਾ ਜੋ ਗੱਲਾਂ ਦਾ ਚਲੋ ਕਰਨ ਵਾਲੀਆਂ ਹੁੰਦੀਆਂ ਮੈਂ ਉਹਨਾਂ 'ਚ ਨਹੀਂ ਬਾਹਲਾ ਮੈਂ ਤਾਂ ਫੈਕਚੁਅਲ ਕਹਿੰਦਾ ਕੇਪੀ ਸਿੰਘ ਜੀ ਮੈਂ ਹੱਥ ਜੋੜ ਕੇ ਇਹਨਾਂ ਦੀ ਗਵਰਨਮੈਂਟ ਨੂੰ ਜਿਹੜੀ ਸੈਂਟਰ 'ਚ ਰਾਜ ਕਰਦੀ ਆ ਬੇਨਤੀ ਕਰਦਾ ਚਾਹੇ ਸਾਡਾ ਮਿਨਿਸਟਰ ਆ ਚਾਹੇ ਕੋਈ ਵੀ ਆ ABCDE 30 ਦਿਨਾਂ ਦੇ ਅੰਦਰ ਅੰਦਰ ਫਾਂਸੀ 'ਤੇ ਲਟਕਾ ਦਿਓ ਇਹਨਾਂ ਕੋਲ ਇਨਵੈਸਟੀਗੇਸ਼ਨ ਏਜੰਸੀਜ਼ ਆ ਇਹਨਾਂ ਦੀ ਪੁਲਿਸ ਆ ਇਹਨਾਂ ਦਾ ਸਾਰਾ ਕੁਛ ਹੈਗਾ 30 ਦਿਨਾਂ ਦੇ ਅੰਦਰ ਫਾਸਟ ਟਰੈਕ ਕੋਰਟ ਬਣਾ ਕੇ ਜਿਹੜਾ ਵੀ ਰੇਪ ਦਾ ਵਿਕਟਿਮ ਪਾਇਆ ਜਾਂਦਾ ਉਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਆ ਇਹਦੋਂ ਸਿਵਾ ਘੱਟ ਉਹਦੇ ਕੋਈ ਸੈਂਟੈਂਸ ਵੀ ਨਹੀਂ ਹੋਣੀ ਚਾਹੀਦੀ 30 ਦਿਨ ਵਿਦ ਇਨ ਟਾਈਮ ਫਰੇਮ 30 ਦਿਨਾਂ ਦੇ ਅੰਦਰ ਅੰਦਰ ਇਹ ਸਾਡੀ ਉੱਥੇ ਵੀ ਮੰਗ ਆ ਇੱਥੇ ਵੀ ਆ ਐਵੇਂ ਆਪਾਂ ਹੋਸ਼ੀ ਰਾਜਨੀਤੀ ਨਾ ਕਰੀਏ ਤੁਹਾਡਾ ਮੰਤਰੀ ਸਾਡਾ ਮੰਤਰੀ ਇਹਨਾਂ ਗੱਲਾਂ 'ਚ ਢਿੱਲੋਂ ਸਾਹਿਬ ਕੁਛ ਨਹੀਂ ਰੱਖਿਆ ਚਾਹੇ ਮੈਂ ਆ ਮੇਰੇ ਤੇ ਤੁਸੀਂ 30 ਦਿਨਾਂ ਦੇ ਅੰਦਰ ਅੰਦਰ ਤੁਸੀਂ ਮੈਨੂੰ ਲਟਕਾ ਦਿਓ ਖਤਮ ਕਰ ਦਿਓ ਰੇਪ ਇੱਕ ਬਹੁਤ ਮਾੜਾ ਆਫੈਂਸ ਆ ਉਹਦਾ ਟਾਈਮ ਫਰੇਮ ਠੀਕ ਹੈ ਇਸ ਦੇ ਉੱਤੇ ਕਾਨੂੰਨ ਵੀ ਬਣ ਚੁੱਕਿਆ ਠੀਕ ਹੈ ਢਿੱਲੋਂ ਸਾਹਿਬ ਬਾਈ ਜੀ ਲਟਕਾ ਦਿਓ ਉਹਨੂੰ ਜਿਹੜਾ ਹੈਗਾ ਸਾਡਾ ਉਹ ਬਣ ਚੁੱਕਿਆ ਤਾਂ ਚੰਗੀ ਗੱਲ ਤੁਹਾਡੇ ਤੇ ਇਲਜ਼ਾਮ ਇਹ ਲੱਗਿਆ ਕਿ ਤੁਸੀਂ ਇੱਕ ਮਿੰਟ ਤੁਹਾਡੇ ਤੇ ਇਲਜ਼ਾਮ ਇਹ ਲੱਗਦਾ ਕਿ ਅਰਵਿੰਦ ਕੇਜਰੀਵਾਲ ਤੁਸੀਂ ਜਾਣ ਬੁੱਝ ਕੇ ਹਰ ਮਾਮਲੇ 'ਚ ਫਸਾਉਣਾ ਚਾਹੁੰਦੇ ਹੋ ਸੀਬੀਆਈ ਲੋਕ ਆਯੋਗ ਤੇ ਉਹਨੂੰ ਕਲੀਨ ਚਿੱਟ ਦਿੱਤੀ ਹੈ ਜਿਹੜਾ 2 ਕਰੋੜ ਦਾ ਮਾਮਲਾ ਉਹਨਾਂ ਤੇ ਪਾਇਆ ਗਿਆ ਸੀ ਨਹੀਂ ਜੇ ਅਸੀਂ ਫਸਾਉਣਾ ਚਾਹੁੰਦੇ ਫਿਰ ਕਲੀਨ ਚਿੱਟ ਕਿਵੇਂ ਮਿਲਦੀ ਹੈ ਤਾਂ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦੇ ਵਿੱਚ ਇਤਨੀ ਚੀਜ਼ਾਂ ਨਿਕਲ ਕੇ ਆਂਦੀਆਂ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਤੁਹਾਡੇ ਤੇ ਇਹ ਇਲਜ਼ਾਮ ਤਾਂ ਹਰ ਗੱਲ 'ਚ ਲਾਉਂਦੇ ਆ ਮੈਂ ਜਿਹੜੀ ਬੂਟਾ ਸਿੰਘ ਜੀ ਨੇ ਇੱਕ ਗੱਲ ਕੀਤੀ ਨੈਤਿਕਤਾ ਦੀ ਜਿਹੜੀ ਢਿੱਲੋਂ ਸਾਹਿਬ ਨੇ ਰੈਫਰੈਂਸ ਦਿੱਤਾ ਉਹ ਰੈਫਰੈਂਸ ਵੀ ਨੈਤਿਕਤਾ ਦੇ ਸੰਬੰਧ 'ਚ ਹੈ ਪਹਿਲੀ ਗੱਲ ਦੂਸਰੀ ਗੱਲ ਜਿਹੜੀ ਗੱਲ ਇਹਨਾਂ ਨੇ ਲੰਗਾਹ ਸਾਹਿਬ ਦੇ ਬਾਰੇ 'ਚ ਕਹੀ ਮੈਂ ਉਹਦੇ ਬਾਰੇ 'ਚ ਬਾਠ ਸਾਹਿਬ ਦੀ ਗੱਲ ਨਾਲ ਇਸ ਕਰਕੇ ਸਹਿਮਤ ਹੈ ਕਿਉਂਕਿ ਜੇ ਉਹਦੇ 'ਤੇ ਇਨਫਲੂਐਂਸ ਸੀ ਔਰ ਉਹ ਵਾਕਈ ਪੀੜਿਤ ਸੀ ਤਾਂ ਸਰਕਾਰ ਦੇ ਹਟਦੇ ਹੀ ਉਹ ਇਲਜ਼ਾਮ ਲਗਾਉਂਦੀ ਇਲੈਕਸ਼ਨ ਤੋਂ 11 ਦਿਨ ਪਹਿਲੇ ਇਹ ਵੀਡੀਓ ਵਾਇਰਲ ਨਾ ਹੁੰਦਾ ਔਰ ਮੈਂ ਤਾਂ ਗੁਰਦਾਸਪੁਰ ਦੇ ਇਲੈਕਸ਼ਨ 'ਚ ਕੰਪੇਨ ਦੇ ਵਿੱਚ ਉੱਥੇ ਸੀ ਉੱਥੇ ਕੰਪੇਨ ਹੀ ਇਹੀ ਸੀ ਕਾਂਗਰਸ ਦੀ ਜਿਸ ਸਟੇਜ 'ਤੇ ਵੀ ਖੜੇ ਹੁੰਦੇ ਸੀ ਜਿਸ ਪਿੰਡ 'ਚ ਵੀ ਜਾਂਦੇ ਸੀ ਜਿਸ ਪ੍ਰੋਗਰਾਮ 'ਚ ਜਾਂਦੇ ਸੀ ਉੱਥੇ ਇੱਕੋ ਹੀ ਕੰਪੇਨ ਚੱਲਦੀ ਸੀ ਕਿ ਸੁੱਚਾ ਸਿੰਘ ਲੰਘਾ ਸੁੱਚਾ ਸਿੰਘ ਲੰਘਾ ਸੁੱਚਾ ਸਿੰਘ ਲੰਘਾ ਇਹ ਹੋਰ ਕੋਈ ਗੱਲ ਹੀ ਨਹੀਂ ਸੀ ਕਰਦੇ ਯਾਨੀ ਕਿ ਲੰਘਾ ਦੀ ਵਜ੍ਹਾ ਕਰਕੇ ਕਾਂਗਰਸ ਨੇ ਉਹ ਇਲੈਕਸ਼ਨ ਜਿੱਤ ਲਈ ਉਹਦਾ ਲਾਭ ਲਿੱਤਾ ਇਹਨਾਂ ਨੇ ਸੁੱਚਾ ਸਿੰਘ ਲੰਘਾ ਸਹੀ ਕਹਿ ਰਿਹਾ ਵੀ ਮੈਂ ਆ ਗਿਆ ਬਾਹਰੋਂ ਨੇਰੀ ਆ ਜੂਗਾ ਉਹਦਾ ਲਾਭ ਲਿੱਤਾ ਇਹ ਨੇਰੀ ਆਂਦੀ ਕਿ ਨਹੀਂ ਆਂਦੀ ਤਾਂ ਬਾਅਦ ਦੀ ਗੱਲ ਹੈ ਇਹ ਤਾਂ ਉਹਨਾਂ ਦਾ ਇੰਡੀਵਿਜੂਅਲ ਵਿਊ ਆ ਮੈਂ ਉਹਦੇ ਬਾਰੇ ਕੁਝ ਨਹੀਂ ਕਹਿੰਦਾ ਤੁਸੀਂ ਸਹਿਯੋਗੀ ਹੋ ਮੈਂ ਸਹਿਯੋਗੀ ਹੈਗਾ ਲੇਕਿਨ ਸੁੱਚਾ ਸਿੰਘ ਲੰਘਾ ਇਕੱਲਾ ਉਹ ਆਮ ਅਕਾਲੀ ਦਲ ਨਹੀਂ ਹੈ ਅਕਾਲੀ ਦਲ ਇੱਕ ਪਾਰਟੀ ਹੈ ਉਹਦਾ ਵਿਊ ਅਕਾਲੀ ਦਲ ਦਾ ਵਿਊ ਹੈ ਕਿ ਨਹੀਂ ਇਹ ਦੇਖਣ ਦੀ ਗੱਲ ਹੈ ਲੇਕਿਨ ਜਿਹੜਾ ਮੇਨ ਗੱਲ ਹੈ ਕਿ ਉਹਦਾ ਕਿਉਂ ਮੈਂ ਇਹ ਗੱਲ ਕਹਿੰਦਾ ਵੀ ਇਹ ਕਿਉਂਕਿ ਇਹ ਇੱਕ ਮੌਕੇ ਤੇ ਕੀਤਾ ਗਿਆ ਕੰਮ ਔਰ ਉਸ ਤੋਂ ਬਾਅਦ ਸਰਕਾਰ ਇੱਕਦਮ ਚੁੱਪ ਕਰ ਗਈ ਮੈਂ ਇਸ ਤੇ ਕਮੈਂਟ ਦੇਣਾ ਲੀਗਲੀ ਲੀਗਲੀ ਬਸ ਅੱਧੇ ਸੈਕਿੰਡ ਚ ਜਿਹੜੇ ਇਹੋ ਜਿਹੇ ਅਫੈਂਸਿਸ ਹੁੰਦੇ ਆ ਨਾ ਕੰਟੀਨਿਊਸ ਅਫੈਂਸ ਹੁੰਦੇ ਆ ਇਹਨਾਂ ਦਾ ਕੋਈ ਟਾਈਮ ਫਰੇਮ ਨਹੀਂ ਹੁੰਦਾ ਵੀ ਇੰਨੇ ਟਾਈਮ 'ਚ ਹੀ ਤੁਸੀਂ ਦੇਣੀ ਆ ਜਾਂ ਇੰਨੇ ਨਹੀਂ ਦੇਣੀ ਇਹ ਕੰਟੀਨਿਊਸ ਅਫੈਂਸ ਆ ਜਦੋਂ ਵਿਕਟਮ ਈਜ਼ੀ ਫੀਲ ਕਰੇ ਕੈਲਕੂਲੇਸ਼ਨ ਕਰਨਾ ਮੈਂ ਉਧਰ ਡਿਬੇਟ 'ਚ ਨਹੀਂ ਪੈਂਦਾ ਕਿਉਂਕਿ ਅੱਜ ਇੰਟਾਇਰਲੀ ਲੀਗਲ ਡਿਬੇਟ ਸਾਡੀ ਹੈਗੀ ਆ ਤੇ ਉਹ ਕੰਟੀਨਿਊ ਅਫੈਂਸ ਆ ਜਦੋਂ ਵੀ ਉਹ ਈਜ਼ੀ ਫੀਲ ਕਰੇ ਵਿਕਟਮ ਉਹ ਅਪਰੋਚ ਕਰ ਸਕਦੀ ਆ ਏਜੰਸੀਜ਼ ਨੂੰ ਮੈਂ ਸੈਕਿੰਡਲੀ ਗੱਲ ਕਰਾਂ ਜਿਹੜੀ ਆਪਣੇ ਮਿੱਤਲ ਸਾਹਿਬ ਨੇ ਗੱਲ ਕੀਤੀ ਹੈ ਦਿੱਲੀ ਵਾਲਾ ਐਪੀਸੋਡ ਬੜਾ ਅਜੀਬੋ ਗਰੀਬ ਨੇ ਉੱਥੇ ਕੇਸ ਜਾਣ ਤੋਂ ਪਹਿਲਾਂ ਕੋਰਟ 'ਚ ਨਹੀਂ ਕੇਸ ਜਾ ਰਹੇ ਇਨਵੈਸਟੀਗੇਸ਼ਨ ਏਜੰਸੀਆਂ ਉਹਨੂੰ ਵਰੀ ਕਰ ਦਿੰਦੀਆਂ ਤੁਸੀਂ ਦੇਖੋ ਵੀ ਹੋ ਕੀ ਰਿਹਾ ਵਾ ਉਹਨੂੰ ਪਹਿਲਾਂ ਫਾਲਸ ਐਲੀਗੇਸ਼ਨ ਲੈ ਕੇ ਫਰੇਮ 'ਚ ਲਿਆ ਜਾਂਦਾ ਬਾਅਦ 'ਚ ਇਹਨਾਂ ਦੀਆਂ ਇਨਵੈਸਟੀਗੇਸ਼ਨਾਂ ਜਦੋਂ ਸਾਰਾ ਕੁਛ ਦੇਖਦੀਆਂ ਕੁਛ ਨਿਕਲ ਹੀ ਨਹੀਂ ਰਿਹਾ ਜੀ ਅਸੀਂ ਕਰੀਏ ਕੀ
जे तिणका भर भी के पी सिंह जी साढ़े अगेंस्ट कुछ होंदा इन्हां कोले ना ते इन्हां ने सानू इन्नी बुरी तरह नाल जेलां च रखना सी बाहर आउण दी ऑप्शन नहीं सी रहणी पर इन्हां नू लभदा कुछ नहीं विचारे पोलिटिकल बंदे इन्हां दे एलीगेशन तां ला दिंदे आ जिहड़े कोई सच्चे सुच्चे इमानदार लोक ही इन्वेस्टिगेशन करदे ओह कहिंदे यार है ही कुछ नहीं असीं की करीए ठीक है तारा संधू अरविंद केजरीवाल वाले केस दी मैं गल करना चाहूंगा स्पेसिफिक तौर क्योंकि हुण शायद तुहाडा हाथ वी मिलण वाला इकट्ठिआं दा अरविंद केजरीवाल साहब जिहड़े जिहड़े जवाब दिंदे हैगे कि भारतीय जनता पार्टी उन्हां नू फसाउण दी कोशिश विच लगी हुई है पूरी सरकार सरकारी मशीनरी तुसीं इतफाक रखदे हो उस गल नहीं मैं इस गल नाल इस करके इतफाक नहीं करता भी अरविंद केजरीवाल होरां ने पंजाब दे विच बहुत वड्डे वड्डे इल्जाम बिक्रमजीत सिंह मजीठिया ते होर ते लगाए ते मुड़ के माफ़ी मंगण लगे मिंट ला इस करके क्रेडिबिलिटी जिहड़ी है उहदे ते कई तरह के किंतु परंतु हुंदे आ एक गल दूजी मैं फिर उही गल करनी चाहुंदा भी कुछ केस है जिहड़े मतलब जिवें सुच्चा सिंह लगा वाला केस है मैं पुछना चाहुंदा इत्थे बैठे है दोनों अकाली भाजपा के उम्मीदवार भी 17 की चोण नालों वड्डा तां दंगल कोई नहीं सी गुरदासपुर तां उहदे मुकाबले ते बहुत छोटी लड़ाई आ जिमनी चोण की जां उदू बाद च हुई जिमनी चोणां शाहकोट वाली हुई है इस किस्म का इल्जाम होर किसी अकाली दे जां भाजपा दे लीडर ते क्यों ना लग्गिया जां किसी उस पार्टी जे वह वायरल होकर सामने आई चीज़ उस बंदे दी कोई इस किस्म का क्राइम सी तां ही उधर नूं गल गई और कल्ला ही नहीं होया जिहड़ी उहदी कंस्टीट्यूएंसी है उहदे च कांग्रेस जिहड़ी है सब तो वध वोटां वधी गुरदासपुर की लोक सभा दे विच इहदा मतलब लोकां दे विच पहला किसी ना किसी रूप सी भी यह बंदा इस किस्म की पावर की मैसेज यूज करता और यही कारण है कि अकाली दल ने एड्डी काल दिखाई श्री अकाल तख्त साहब के जथेदार ने एड्डी काल दिखाई भी फटाफट एक तुसी कह रहे हो काल दिखाई पहला तुसी एक मिनट तारा संधू आहो तुसी इत्थे बैठे कहंदे ही सारे मैनूं याद मैं भुलदा नहीं हुंदा मैं इत्थे बैठे सारे कहंदे पार्टी चो क्यों नहीं कढ़दे गए काल तख्त तो क्यों नहीं छेकिया जा रहा उन्होंने तो तुसी कह रहे सी उन्होंने कह रहे काल दिखाई नहीं एक मिनट एवें अदालत दे विच जाके बयान बोलदे तुसी नहीं 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 काल दिखाई मेरा मतलब भी इन्हां नूं पता सी भी इह दोष सही है उदों अदालत दा फैसला नहीं सी उदों अदालत दा नहीं सी पहला एक मिनट बाद साहब उदों ਮੋਰਲੀ ਜਿਹੜਾ ਗਰਾਊਂਡ ਤੇ ਤੁਹਾਡੀ ਤੁਹਾਡੀ ਗੱਲ ਆ ਰਹੀ ਹੈ ਨੈਤਿਕ ਗੱਲ ਇਹ ਗਰਾਊਂਡ ਦੇ ਉੱਤੇ ਤਾਂ ਅਕਾਲੀ ਦਲ ਨੇ ਪਹਿਰਾ ਦਿੱਤਾ ਹੈ ਇਹ ਤਾਂ ਤੁਸੀਂ ਮੰਨਦੇ ਹੋ ਮੋਰਲ ਗਰਾਊਂਡ ਤੇ ਤਾਂ ਮੰਨਦੇ ਜੇ ਮੈਂ ਮੋਰਲ ਦੀ ਗੱਲ ਕਰਾਂ ਪਹਿਲਾਂ ਇਹੋ ਜਿਹੇ ਐਲੀਮੈਂਟ ਨੂੰ ਸ਼੍ਰੋਮਣੀ ਗੁਰਦੁਆਰਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਮਾਫੀ ਮੰਗਣੀ ਚਾਹੀਦੀ ਆ ਗਵਰਨਮੈਂਟ ਨੂੰ ਵੀ ਮਾਫੀ ਚਾਹੀਦੀ ਆ ਮੈਂ ਸਵਾਲ ਲੈ ਰਿਹਾ ਇਸ ਸਵਾਲ ਇਸ ਸਵਾਲ ਲੈਣਾ ਹੁਣ ਆਪਦੇ ਧੀਆਂ ਪੁੱਤਾਂ ਦੇ ਸਾਹਮਣੇ ਸਾਹਿਬ ਹੁਣ ਗੱਲ ਇਹ ਆ ਗਈ ਪਹਿਲੀ ਨੈਤਿਕਤਾ ਵਾਲੀ ਗੱਲ ਆਈ ਆ ਨਾਲ ਜਿਹੜਾ ਬੂਟਾ ਸਿੰਘ ਬਰਾਗੀ ਨੇ ਸਵਾਲ ਜੋੜਤਾ ਮੈਂ ਇਹੀ ਸਵਾਲ ਲੈਣਾ ਚਾਹ ਰਿਹਾ ਸੀਗਾ ਜਦੋਂ ਅਦਾਲਤ ਤੁਹਾਨੂੰ ਦੋਸ਼ ਮੁਕਤ ਕਰ ਦਿੰਦੀ ਹੈ ਹੁਣ ਪਾਰਟੀ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਹੋਰ ਕੋਣ ਕੋਣ ਮਾਫੀ ਮੰਗੇ ਸਰ ਨਹੀਂ ਮੈਂ ਪਹਿਲੇ ਇਹ ਗੱਲ ਕਹੀ ਹੈ ਕਿ ਦੋ ਅਲੱਗ ਅਲੱਗ ਸੀ ਇੱਕ ਮਿੰਟ ਸੋਲੀ ਮੈਂ ਬੂਟਾ ਸਿੰਘ ਦਾ ਸਵਾਲ ਨਹੀਂ ਲੈ ਰਿਹਾ ਗਿਆ ਤਾਂ ਸਵਾਲ ਹੈ ਤੁਰ ਰਿਹਾ ਸਵਾਲ ਬੜੀ ਬੜੀ ਸਿੰਪਲ ਮੈਂ ਕਹਿੰਦਾ ਸਧਾਰਨ ਚੀਜ਼ ਹੈ ਦੋਨੋਂ ਚੀਜ਼ਾਂ ਅਲੱਗ ਅਲੱਗ ਹੈ ਅਦਾਲਤ ਦਾ ਜਿਹੜਾ ਫੈਸਲਾ ਵਾ ਦੇਖੋ ਬਰਾਗੀ ਸਾਹਿਬ ਨੇ ਵੀ ਕਿਹਾ ਕਿ ਇਹ ਕਦੇ ਵੀ ਕੰਟੀਨਿਊਡ ਸਫੈਂਸ ਹੈ ਮੈਂ ਸਹਿਮਤ ਇਸ ਗੱਲ ਨਾਲ ਇਹ ਲੀਗਲ ਉਹ ਚੀਜ਼ ਹੈ ਪਰ ਜਦੋਂ ਵੀ ਕੰਫਰਟੇਬਲ ਹੋਵੇ ਕੰਫਰਟੇਬਲ ਤਾਂ ਜਿਹੜਾ ਹਾਲਾਤਾਂ ਨੇ ਦੇਖਣਾ ਵੀ ਕੰਫਰਟੇਬਲ ਦੀ ਜਿਹੜੀ ਡੈਫੀਨੇਸ਼ਨ ਕੀ ਹੈ ਅਤੇ ਉਹਦਾ ਟਾਈਮ ਪੀਰੀਅਡ ਕੀ ਹੈ ਜਦੋਂ ਜਿਹੜਾ ਸਰਕਾਰ ਬਦਲ ਗਈ ਸੀ ਫਰੋਮ ਦੈਟ ਟਾਈਮ ਟਿਲ 2 ਮੰਥਸ 3 ਮੰਥਸ ਕੰਫਰਟੇਬਲ ਟਾਈਮ ਸੀ ਹੈ ਮੈਂ ਨਹੀਂ ਕਹਿ ਰਿਹਾ ਉਸ ਗੱਲ ਔਰ ਉਸ ਤੋਂ ਬਾਅਦ ਇੱਕਰਾ ਲਾ ਕੇ ਇਲਜ਼ਾਮ ਫਿਰ ਕੋਰਟ 'ਚ ਜਾ ਕੇ ਕਹਿਣਾ ਨਹੀਂ ਕੋਈ ਗੱਲ ਨਹੀਂ ਹੋਈ ਦੈਨ ਵਾਟ ਮਤਲਬ ਇਹ ਚੀਜ਼ਾਂ ਜਿਹੜੀਆਂ ਕਿ ਤੁਸੀਂ ਮੇਰਾ ਸਵਾਲ ਹੋਰ ਮੈਂ ਆ ਗਿਆ ਉਸ ਮੇਰਾ ਸਵਾਲ ਇਹ ਹੈ ਕਿ ਆਮ ਜਨਤਾ ਜਾਂ ਉਹ ਸਿਆਸੀ ਪਾਰਟੀਆਂ ਇਸ ਪੂਰੀ ਪ੍ਰਕਿਰਿਆ ਨੂੰ ਸਵੀਕਾਰੇਗੀ ਜੇ ਸਵੀਕਾਰੇਗੀ ਤਾਂ ਕਿਵੇਂ ਦੇਖੋ ਜੀ ਦੋ ਜੇ ਅਸੀਂ ਇਸ ਸਿਸਟਮ ਨੂੰ ਠੀਕ ਕਰਨਾ ਜੇ ਲੋਕਾਂ ਦਾ ਵਿਸ਼ਵਾਸ ਇਹਦੇ ਵਿੱਚ ਬਣਾਉਣਾ ਹੈ ਤਾਂ ਦੋ ਚੀਜ਼ਾਂ ਕਰਨੀਆਂ ਬੜੀਆਂ ਜ਼ਰੂਰੀ ਹੈ ਪਹਿਲੀ ਤਾਂ ਇਹ ਹੈ ਫਸਟ ਕਿ ਜਿਹੜੀਆਂ ਵੀ ਇਨਵੈਸਟੀਗੇਸ਼ਨ ਏਜੰਸੀਜ਼ ਹੈ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਰਾਜਸੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਨ ਦਿਓ ਉਹਨਾਂ ਨੂੰ ਜੋ ਹਾਲਾਤ ਹੈ ਇੰਡੀਪੈਂਡੈਂਟ ਦੇਖ ਕੇ ਉਹਨਾਂ ਨੂੰ ਕਰਨ ਦਿਓ ਸੈਕੰਡ ਜੇ ਇਨਵੈਸਟੀਗੇਸ਼ਨ ਡਿਫੈਕਟਿਵ ਹੈ ਜੇ ਕੰਪਲੇਨੈਂਟ ਜਿਹੜਾ ਵਾ ਉਹ ਰਿਜ਼ਾਈਲ ਕਰਦਾ ਆਪਣੀ ਪਹਿਲੀ ਸਟੇਟਮੈਂਟ ਤੋਂ ਤੇ ਉਹਨਾਂ ਦੀ ਅਕਾਊਂਟੇਬਿਲਟੀ ਬਣਨੀ ਚਾਹੀਦੀ ਹੈ ਚਾਹੇ ਕੋਈ ਵੀ ਵੱਡੇ ਤੋਂ ਵੱਡਾ ਜਿਹੜਾ ਵਾ ਉਹ ਜੇ ਸਟੇਟਮੈਂਟ ਬਦਲੀ ਜਾ ਰਹੀ ਹੈ ਤਾਂ ਉਹਨੂੰ ਵੀ ਦੇਖਣਾ ਪਵੇਗਾ ਉਹਦੀ ਵੀ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ ਜਿਹਨੇ ਇਲਜ਼ਾਮ ਲਾਇਆ ਦੇਖੋ ਤੁਸੀਂ ਇੱਕ ਸਟਿਗਮਾ ਇੱਕ ਬੰਦੇ ਦੇ ਉੱਤੇ ਲਾ ਰਹੇ ਹੋ ਜਿਹੜਾ ਇਹ ਸਟਿਗਮਾ ਸਾਰੀ ਜ਼ਿੰਦਗੀ ਨਹੀਂ ਨਿਕਲਦਾ ਹੈ ਜੋ ਮਰਜ਼ੀ ਹੋ ਜਾਵੇ ਤੇ ਉਸ ਦੇ ਤੇ ਤੁਸੀਂ ਲਾ ਕੇ ਉਹਨੂੰ ਅੰਦਰ ਕਰਕੇ ਉਸ ਤੋਂ ਬਾਅਦ ਕਹਿੰਦੇ ਹੋ ਨਹੀਂ ਜੀ ਨਹੀਂ ਕੋਈ ਗੱਲ ਨਹੀਂ ਸੀ ਹੈ ਮੇਰੇ 'ਤੇ ਪੁਲਿਸ ਪ੍ਰੈਸ਼ਰ ਸੀ ਇਸ ਕਰਕੇ ਮੈਂ ਜਿਹੜੀ ਸਟੇਟਮੈਂਟ ਦਿੱਤੀ ਇਹਨੇ ਤਾਂ ਕੋਈ ਗੱਲ ਇਹੋ ਜਿਹੀ
ਕੀਤੀ ਨਹੀਂ ਹੈ, ਤਾਂ ਨਿਰਦੋਸ਼ ਹੈ ਬੰਦਾ। ਸੈਕੰਡ ਇਨਵੈਸਟੀਗੇਸ਼ਨ ਆਫਿਸਰ, ਜੇ ਇਨਵੈਸਟੀਗੇਸ਼ਨ ਆਫਿਸਰ ਦੀ ਜਿਹੜਾ ਵਾ ਉਹ ਗਲਤ ਡਿਫੈਕਟਿਵ ਕਰਦਾ ਹੈ ਕਿਸੇ ਤਰੀਕੇ ਨਾਲ, ਜਿਹੜਾ ਵਾ ਕਿਸੇ ਨੂੰ ਝੂਠਾ ਕੇਸ ਬਣਾ ਕੇ ਉਹਦੇ 'ਤੇ ਕੇਸ ਬਣਾਉਂਦਾ, ਤਾਂ ਉਹਦੀ ਵੀ ਜਵਾਬਦੇਹੀ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ, ਕੋਰਟ ਦੇ ਵਿੱਚ ਜਵਾਬਦੇਹੀ ਹੋਣੀ ਚਾਹੀਦੀ ਤੇ ਬਾਹਰ ਵੀ ਜਵਾਬਦੇਹੀ ਵੀ ਹੋਣੀ ਚਾਹੀਦੀ ਹੈ। ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਬਹੁਤ ਸਾਰੇ ਹੈਗੇ ਆ, ਅਸੀਂ ਮੀਡੀਆ ਟ੍ਰਾਇਲ ਨਹੀਂ ਕਰ ਰਹੇ, ਅਕਸਰ ਇਹ ਗੱਲ ਕਹੀ ਜਾਂਦੀ ਕਿ ਮੀਡੀਆ ਟ੍ਰਾਇਲ ਹੋ ਰਿਹਾ ਜਦੋਂ ਵੀ ਕਿਸੇ ਸਿਆਸਤਦਾਨ ਦਾ ਕੇਸ ਆਉਂਦਾ ਹੈਗਾ, ਅਸੀਂ ਮੀਡੀਆ ਟ੍ਰਾਇਲ ਨਹੀਂ ਕਰ ਰਹੇ। ਜਿਹੜੇ ਸਿਆਸਤਦਾਨ ਆਪਦੇ ਦੇ ਕੇਸਾਂ ਦੇ ਵਿੱਚੋਂ ਦੋਸ਼ ਮੁਕਤ ਹੋਏ ਆ, ਬਰੀ ਹੋਏ ਆ, ਜਾਂ ਜਿਹਨਾਂ ਨੂੰ ਕਲੀਨ ਚਿੱਟ ਮਿਲੀ, ਅਸੀਂ ਉਹਨਾਂ ਦੀ ਚਰਚਾ ਕਰ ਰਹੇ ਹਾਂ। ਹਾਲ ਫਿਲਹਾਲ ਦੇ ਸਾਰੇ ਮਾਮਲੇ ਹੈਗੇ, ਇਹਨਾਂ 'ਤੇ ਗੱਲ ਕਰਨੀ ਬੰਦ ਹੀ ਹੈਗੀ ਹੈ, ਕਿਉਂਕਿ ਆਮ ਜਨਤਾ ਇਹ ਸਵਾਲ ਕਰਦੀ ਹੈਗੀ ਹੈ ਕਿ ਜੇ ਇਹਨਾਂ ਨੂੰ ਛੱਡਣਾ ਹੀ ਸੀ, ਅਦਾਲਤ ਦਾ ਵਕਤ ਕਿਉਂ ਜਾਇਆ ਕੀਤਾ ਗਿਆ, ਇੰਨਾ ਸਮਾਂ ਕਿਉਂ ਬਰਬਾਦ ਕੀਤਾ ਗਿਆ। ਸਵਾਲ ਬਹੁਤ ਸਾਰੇ ਹੈਗੇ, ਕਿਉਂਕਿ ਆਮ ਜਨਤਾ ਜਦੋਂ ਸਵਾਲ ਕਰਦੀ ਹੈਗੀ ਹੈ ਤਾਂ ਉਹਨਾਂ ਸਵਾਲਾਂ ਦੇ ਜਵਾਬ ਲੱਭਣੇ ਲਾਜ਼ਮੀ ਹੈਗੇ ਆ, ਕਿਉਂਕਿ ਸਿਆਸਤ ਆਪਦੇ ਤਰੀਕੇ ਨਾਲ ਸਾਰਾ ਕੁਝ ਤੈਅ ਕਰਦੀ ਹੈ, ਪਰ ਆਮ ਜਨਤਾ ਜਦੋਂ ਇਹਨਾਂ ਨੂੰ ਵੋਟ ਪਾ ਕੇ ਭੇਜਦੀ ਹੈਗੀ ਹੈ ਤਾਂ ਉਹ ਜਵਾਬ ਵੀ ਮੰਗਦੀ ਹੈਗੀ ਹੈ ਕਿ ਤੁਸੀਂ ਕੀਤਾ ਕੀ ਸੀ ਅਤੇ ਤੁਹਾਨੂੰ ਫਸਾਇਆ ਕਿਉਂ ਕਿਹਾ ਅਤੇ ਤੁਸੀਂ ਬਚੇ ਕਿਵੇਂ। ਦੇਖ ਤੋਂ ਵਾਪਸ ਆ ਰਹੇ, ਪਿਛਲੇ ਦਿਨਾਂ ਅੰਦਰ ਵੱਖ ਵੱਖ ਪਾਰਟੀਆਂ ਦੇ ਵੱਡੇ ਚਿਹਰੇ ਕਿਹੜੀ ਬਦਲਾਖੋਰੀਆਂ ਤੋਂ ਭਰੀ ਹੋਏ ਆ। ਹਾਂਜੀ ਢਿੱਲੋਂ ਸਾਹਿਬ, ਗੱਲ ਰੱਖੋ। ਮੈਂ ਜੀ ਪਹਿਲਾਂ ਇੱਕ ਗੱਲ 'ਤੇ ਇਤਰਾਜ਼ ਪ੍ਰਗਟ ਕਰਨਾ ਚਾਹੁੰਦਾ ਹਾਂ। ਬੂਟਾ ਸਿੰਘ ਜੀ ਨੇ ਇੱਕ ਕਿਹਾ ਵਿੱਚੋਂ ਵੀ ਕੀ ਅਕਾਲ ਤਖ਼ਤ ਮਾਫ਼ੀ ਮੰਗੇਗਾ। ਅਕਾਲ ਤਖ਼ਤ ਦਾ ਕੰਮ ਮਾਫ਼ੀ ਮੰਗਣਾ ਨਹੀਂ, ਉਹ ਸੇਧ ਦਿੰਦਾ ਹੈ ਸਾਨੂੰ ਅਕਾਲ ਤਖ਼ਤ। ਇਹ ਇਹਨਾਂ ਨੇ ਬਹੁਤ ਗਲਤ ਇੱਕ ਕੁਐਸਚਨ ਰੇਜ਼ ਕੀਤਾ ਹੈ। ਅਕਾਲ ਤਖ਼ਤ ਤਾਂ ਇੱਕ ਸਿਰਮੌਰ ਸੰਸਥਾ ਹੈਗੀ ਹੈ, ਛੇਵੇਂ ਪਾਤਸ਼ਾਹ ਤੋਂ ਲੈ ਕੇ ਇਹ ਚੱਲੀ ਆ ਰਹੀ ਹੈ, ਜਿੱਥੋਂ ਕਿ ਸਿੱਖ ਕੌਮ ਨੂੰ ਉਹ ਅੱਜ ਕੱਲ ਮੈਂ ਸਮਝਦਾ ਵੀ ਉਸ ਤੇ ਵੀ ਕਿਤੇ ਨਾ ਕਿਤੇ ਇੱਕ ਦਲ ਭਾਰੂ ਆ। ਉਹ ਸ਼ਬਦ ਨਹੀਂ ਜੀ ਢਿੱਲੋਂ ਸਾਹਿਬ, ਆਪ ਸੁਣੇ ਚਲੇ ਗਏ। ਇਹਦਾ ਮਤਲਬ ਤੁਸੀਂ ਅਕਾਲ ਤਖ਼ਤ ਨਾਲ ਟੱਕਰ ਲੈਂਦੇ ਹੋ? ਟੱਕਰ ਤਾਂ ਮੈਂ ਕੀ ਲੈ ਲੂੰ, ਮੈਂ ਤਾਂ ਸਿੱਖ ਹੀ ਨਹੀਂ। ਅਕਾਲ ਤਖ਼ਤ ਕਿਉਂ ਮਾਫੀ ਮੰਗੂਗਾ? ਅਕਾਲ ਤਖ਼ਤ ਸਾਡੇ ਵਾਸਤੇ ਸਰਵੋੱਚ ਸੰਸਥਾ, ਅਕਾਲ ਤਖ਼ਤ ਕਿਉਂ ਮਾਫੀ ਮੰਗੂਗਾ? ਅਕਾਲ ਤਖ਼ਤ ਦੇ ਸਾਹਮਣੇ ਦੋਸ਼ੀ ਜਾ ਕੇ ਆਪਦੀ ਮਾਫੀ ਮੰਗੇ? ਜਦੋਂ ਹੁਣ ਲੰਗਾਹ ਸਾਹਿਬ ਆਪਣਾ ਪੱਖ ਜਾ ਕੇ ਉੱਥੇ ਰੱਖਣਗੇ, ਇਹੀ ਕਹਿਣਾ ਚਾਹ ਰਹੇ ਹੋ? ਬਿਲਕੁਲ। ਚਲੋ ਠੀਕ ਹੈ, ਆਪਾਂ ਡਿਬੇਟ ਨੂੰ ਅੱਗੇ ਵਧਾਈਏ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ। ਹਾਂਜੀ ਮੈਂ ਜੀ, ਮੈਂ ਨਾ ਇੱਕ ਹਸਟਾਈਲ ਦੀ ਗੱਲ ਆਈ ਸੀਗੀ ਇੱਥੇ। ਸਾਡੇ ਦੇਸ਼ ਵਿੱਚ ਕਾਨੂੰਨ ਹੈ ਵੀ ਜੇ ਵਿਕਟਮ ਆਫ ਸਟਾਈਲ ਹੋ ਜਾਵੇ ਤੁਸੀਂ ਉਹ 'ਤੇ ਪ੍ਰੋਸੀਕਿਊਸ਼ਨ ਪ੍ਰੋਸੀਡਿੰਗ ਇਨੀਸ਼ੀਏਟ ਕਰ ਸਕਦੇ ਹਾਂ। ਪਰ ਕੇਪੀ ਸਿੰਘ ਜੀ, 2 ਕਰੋੜ ਤੋਂ ਮੁਕੱਦਮੇ ਪਹਿਲਾਂ ਹੀ ਜ਼ਿਆਦਾ ਪਏ ਨੇ, ਦੁਰਭਾਗਿਆ ਇਸ ਦੇਸ਼ ਦਾ ਵੀ ਸਭ ਤੋਂ ਰੱਦ ਕੀਤਾ ਜਾਂਦਾ ਵੀ ਖੜਾ ਛੁੱਟਿਆ ਉੱਥੇ। ਜਦੋਂ ਚੀਫ ਜਸਟਿਸ ਸਾਹਿਬ ਭਾਵੁਕ ਹੁੰਦੇ ਆ, ਤੀਰਥ ਠਾਕੁਰ ਜੀ, ਮੈਨੂੰ ਉਹ ਦਿਨ ਵੀ ਯਾਦ ਆ ਰਿਹਾ, ਜਦੋਂ ਉਹਨਾਂ ਨੇ ਕਿਹਾ ਸੀ 10 ਲੱਖ ਦੀ ਆਬਾਦੀ 'ਤੇ 50 ਜੱਜ ਹੋਣੇ ਚਾਹੀਦੇ। ਹਾਂ ਬਿਲਕੁਲ। ਉਹਨਾਂ ਨੇ ਇਹ ਵੀ ਕਿਹਾ ਸੀ ਲਾਅ ਕਮਿਸ਼ਨ ਨੇ 40,000 ਜੱਜਾਂ ਦਾ ਸੁਝਾਅ ਦਿੱਤਾ ਸੀਗਾ। 2002 ਵਿੱਚ ਸਥਾਈ ਸਮਿਤੀ ਨੇ ਵੀ ਕਿਹਾ ਸੀ ਜੱਜਾਂ ਦੀ ਗਿਣਤੀ ਬਹੁਤ ਘੱਟ ਹੈ। ਇੰਨੇ ਮਾਮਲੇ ਲਟਕਦੇ ਪਏ ਹੈਗੇ ਆ। ਮਾਮਲੇ ਲਟਕਣ 'ਤੇ ਜਿਹੜੇ ਹੋਸਟਾਈਲ ਵਿਟਨੈਸ ਹੋ ਜਾਂਦੇ ਉਹਨਾਂ 'ਤੇ ਕਾਰਵਾਈ ਨਾ ਹੋਣ ਕਰਕੇ ਪੁੱਠੇ ਸਿੱਧੇ ਐਲੀਗੇਸ਼ਨ ਬਾਹਰ ਆਉਂਦੇ ਆ, ਜਿਹਦੇ ਕਰਕੇ ਸਰਕਾਰਾਂ ਦਾ ਜਾਂ ਉਹਨਾਂ ਦਾ ਮਨੋਬਲ। ਬਾਕੀ ਮੇਰਾ ਸਵਾਲ ਇਹ ਹੈਗਾ, ਸਵਾਲ ਉਹ ਵੀ ਕਰਨਾ ਪਊਗਾ, 1984 ਦੇ ਕੇਸ ਆ ਜਿਹੜੇ ਉਹ ਕਿਉਂ ਪੈਂਡਿੰਗ? ਮੈਂ ਉਸ 'ਤੇ ਵੀ ਆਉਣਾ ਸਰ। ਪਹਿਲਾਂ ਮੈਂ ਬਾਠ ਸਾਹਿਬ ਬਿਲਕੁਲ ਉਦੋਂ ਠੀਕ ਫਰਮਾ ਰਹੇ ਸੀਗੇ ਵੀ ਸਿੱਧੂ ਵਾਲੇ ਕੇਸ ਦੇ ਵਿੱਚ ਨੂੰ 1 ਸਾਲ ਦੀ 1,000 ਰੁਪਈਏ ਦਾ ਫਾਈਨ ਹੋਇਆ, ਇਹ ਬਿਲਕੁਲ ਠੀਕ ਸੀਗੇ ਸੁਪਰੀਮ ਕੋਰਟ ਨੇ। ਸਿੱਧੂ ਵਾਲੇ ਕੇਸ ਵਿੱਚ ਇੱਕ ਜਿਹੜੀ ਫਿਰ ਉਹਨਾਂ ਨੂੰ ਬਰੀ ਮੰਨੀਏ ਕਿ ਨਾ ਮੰਨੀਏ? ਬਰੀ ਨਾ ਮੰਨੋ ਤੁਸੀਂ, ਸੈਂਸ ਨਹੀਂ ਹੋਈ ਉਹਨਾਂ ਨੂੰ। ਦੋਸ਼ੀ ਆਪਾਂ ਮੰਨਾਂਗੇ, ਦੋਸ਼ੀ ਮੰਨਾਂਗੇ, ਪਰ ਮੇਰਾ ਉੱਥੇ ਓਬਜੈਕਸ਼ਨ ਜਾਂ ਮੇਰਾ ਦਲੀਲ ਇਹ ਆ, ਜਿਹੜਾ ਉਸ ਕੇਸ ਦੇ ਵਜ੍ਹਾ ਨਾਲ ਕਰੋੜਾਂ ਰੁਪਈਏ ਦਾ ਨੁਕਸਾਨ ਹੋਇਆ, ਇੱਕ ਬਾਏ ਇਲੈਕਸ਼ਨ ਹੋਈ ਨਾ, ਉਹਦੀ ਭਰਪਾਈ ਕੌਣ ਕਰੂਗਾ? ਉਹ ਟੈਕਸ ਪੇਅਰ। ਇਹੀ ਤਾਂ ਆਮ ਜਨਤਾ ਸਵਾਲ ਕਰ ਰਹੀ ਹੈ, ਉਹ ਟੈਕਸ ਪੇਅਰ ਦੀ ਵੀ ਸਵਾਲ ਹੋ। ਬਿਲਕੁਲ, ਉੱਥੇ ਕੋਈ ਨਾ ਕੋਈ ਵਕਤ ਜਾਇਆ ਕਰ ਰਹੇ ਹੋ ਤੁਸੀਂ, ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਵਕਤ ਸਾਡੇ ਹਿੰਦੁਸਤਾਨੀਆਂ ਕੋਲੇ ਸ਼ਾਇਦ ਬਹੁਤ ਆ, ਉਹ ਛੱਡੋ ਉਸ ਪਾਸੇ ਨੂੰ, ਮੈਂ ਬਾਏ ਇਲੈਕਸ਼ਨ ਦੀ ਗੱਲ ਕਰਦਾ, ਜਿਹਨਾਂ ਦੇ ਸਾਰੀ ਮਸ਼ੀਨਰੀ ਤੁਸੀਂ ਮੂਵ ਕੀਤੀ, ਇੱਕ ਪੋਲੀਟੀਕਲ ਸਿਨੈਰੀਓ ਬਣਾ ਕੇ ਤੁਸੀਂ ਕਰੋੜਾਂ ਰੁਪਈਏ ਖਰਾਬ ਕੀਤੇ, ਉਹਦੀ ਭਰਪਾਈ ਕਿੱਥੇ? ਉਹ ਇੱਕ ਪਿੰਚਿੰਗ ਹੈਗਾ ਵਾ। ਬਾਕੀ ਗੱਲ ਤੁਸੀਂ ਕੀਤੀ ਆ 84 ਦੇ ਦੰਗਿਆਂ ਦੀ, 84 ਦਾ ਤਾਂ ਦੰਗੇ ਨਾ ਕਹੋ, ਦੰਗੇ ਕੁਛ ਲੈ ਲਓ, ਮੈਂ ਤਾਂ 84 ਦੇ ਜਸਟਿਸ ਦੀ ਗੱਲ ਕਰ ਰਿਹਾ ਵੀ ਜਸਟਿਸ ਦੀ ਜਿੱਥੋਂ ਤੱਕ ਗੱਲ ਦੀ ਮਿਲਣਾ। ਕੇਪੀ ਸਿੰਘ ਜੀ, ਨਾ ਤਾਂ ਨੀਅਤ ਉਹਨਾਂ ਦੀ ਹੈ ਨਾ ਇਹਨਾਂ ਦੀ, ਉਹ ਇੱਕ ਸੋਚੀ ਸਮਝੀ ਕਤਲਗਾਰਤ ਸੀਗੀ, ਉਹ ਇੱਕ ਦੰਗੇ ਨਹੀਂ ਸੀ। ਗੱਲ ਇਹ ਆ ਵੀ ਅੱਜ ਉਹਨਾਂ ਨੇ ਉਸ ਨੂੰ ਇੱਕ ਪੋਲੀਟੀਕਲ ਇਸ਼ੂ ਬਣਾ ਲਿਆ ਵਾ। ਅੱਜ ਕੀ ਹੋ ਰਿਹਾ ਵਾ, ਤੁਸੀਂ ਚੰਦ ਦਿਨ ਪਹਿਲਾਂ ਹੋ ਕੇ ਕੀ ਹਟਿਆ, ਉਹ ਜੱਜ ਬਦਲ ਗਿਆ, ਡਿਲੇ ਕਰਨ ਦਾ ਇਹ ਉਹ ਫਲਾਨਾ ਧਮਕਾ। 84 ਦਾ ਨਿਆਂ ਬਹੁਤ ਜ਼ਰੂਰੀ ਆ, ਸਿੱਖ ਕੌਮ ਦੇ ਹਜੇ ਵੀ ਹਿਰਦੇ ਬਲੂੰਦੜੇ ਪਏ ਆ, ਪਰ ਅਫਸੋਸ ਨਾ ਕਹਿਣਾ ਪੈ ਰਿਹਾ, ਨਜ਼ਰ ਨਹੀਂ ਆ ਰਿਹਾ ਉਹ ਨਿਆਂ। ਬਾਠ ਸਾਹਿਬ, ਬਾਠ ਸਾਹਿਬ, ਇਹ ਜਿਹੜੇ ਜੱਜਾਂ ਨੇ ਜਿਹੜਾ ਕੁਝ ਤੈਅ ਕਰਨਾ ਹੁੰਦਾ, ਜੱਜਾਂ ਨੂੰ ਕੌਣ ਤੈਅ ਕਰਦਾ? ਤੈਅ ਕਰਦਾ ਮਤਲਬ ਉਹਨਾਂ ਨੂੰ ਅਪਾਇੰਟਮੈਂਟ ਅਪਾਇੰਟ ਕਰਦਾ,
देखो जी जिहड़े तां है थले जज साढ़े तहसील लैवल दे उत्ते और डिस्ट्रिक्ट लैवल दे उत्ते इन्हां दी जिहड़ी अपॉइंटमेंट आ उह हाई कोर्ट बकायदा जिहड़ा कंपीटीशन दे विच एग्जाम दे विच ला के उस तों बाद इंटरव्यू लै के उह हुंदी है ते जिहड़े सैशन जज ने ਉਹ ਇੱਕ ਤਾਂ ਪ੍ਰਮੋਸ਼ਨ ਤੋਂ ਥੱਲੇ ਉਹ ਮੈਜਿਸਟ੍ਰੇਟ ਤੋਂ ਜਿਹੜਾ ਪ੍ਰਮੋਟ ਹੋ ਕੇ ਜਾਂਦੇ ਆ ਇੱਕ ਡਾਇਰੈਕਟ ਉਹਨਾਂ ਦੀ ਪੋਸਟਿੰਗ ਜਿਹੜੀ ਆ ADJ ਐਜ ਐਡੀਸ਼ਨਲ ਸੈਸ਼ਨ ਜੱਜ ਜਾਂ ਐਡੀਸ਼ਨਲ ਡਿਸਟ੍ਰਿਕਟ ਜੱਜ ਦੇ ਤੌਰ 'ਤੇ ਹੁੰਦੀ ਹੈ ਉਹਦੇ ਵਿੱਚ ਕੋਈ ਜ਼ਿਆਦਾ ਪੋਲੀਟੀਕਲ ਦਖਲਅੰਦਾਜ਼ੀ ਕਿਸੇ ਤਰ੍ਹਾਂ ਦੀ ਜਿਹੜੀ ਨਹੀਂ ਹੈ ਉਹ ਆਪਣੀ ਜਿਹੜੀ ਜੁਡੀਸ਼ੀਅਲ ਜੁਡੀਸ਼ਰੀ ਦਾ ਇੱਕ ਆਪਣਾ ਇੱਕ ਪ੍ਰੋਸੈਸ ਹੈ ਇੱਕ ਉਹਨਾਂ ਦੀ ਅਪਾਇੰਟਮੈਂਟ ਦਾ ਜਿਹੜਾ ਬਹੁਤ ਹੀ ਫੇਅਰ ਫਰੀ ਐਂਡ ਫੇਅਰ ਆ ਆਲਮੋਸਟ ਔਰ ਉਹਦੇ ਮੁਤਾਬਕ ਜਿਹੜਾ ਹੁੰਦਾ ਸਵਾਏ ਆ ਪਿਛਲੇ ਜਿਹੜਾ ਇਸ਼ੂ ਹੋਇਆ ਜਿਹਦੇ ਵਿੱਚ ਪੇਪਰ ਲੀਕ ਹੋਇਆ ਹਰਿਆਣਾ ਦਾ ਹਾਈ ਕੋਰਟ ਹਰਿਆਣਾ ਦਾ ਜਿਹੜਾ ਜੁਡੀਸ਼ੀਅਲ ਅਪਾਇੰਟਮੈਂਟ ਸੀ ਉਹ ਕੇਸ ਚੱਲ ਰਿਹਾ ਉਹਦੇ ਵਿੱਚ ਅਕਿਊਜ਼ ਵੀ ਫੜੇ ਗਏ ਨੇ ਇਹ ਸੁਪਰੀਮ ਕੋਰਟ ਦੇ ਜੱਜਾਂ ਦੀ ਅਪਾਇੰਟਮੈਂਟ ਦੀ ਗੱਲ ਕਰ ਰਿਹਾ ਮੈਂ ਉਹੀ ਕਹਿ ਰਿਹਾ ਨਾ ਮੈਂ ਇਹੀ ਨਹੀਂ ਮੈਂ ਲੋਇਆ ਕੇਸ ਦਾ ਵੀ ਜ਼ਿਕਰ ਕਰਨਾ ਚਾਹੂੰਗਾ ਨਾਲ ਉਸ ਮਾਮਲੇ ਵਿੱਚ ਅਦਾਲਤ ਨੇ ਕੁਝ ਨਹੀਂ ਕਰ ਸਕਦੀ ਅਦਾਲਤ ਦੇਖੋ ਜੀ ਲੋਇਆ ਦਾ ਜਿਹੜਾ ਮਾਮਲਾ ਸੀ ਉਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਦੋ ਵਾਰ ਸੁਣਵਾਈ ਉਹਦੀ ਹੋਈ ਹੈ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਇੱਕ ਸ਼ੱਕੀ ਹਾਲਤਾਂ ਦੇ ਵਿੱਚ ਉਹਦੀ ਡੈਥ ਹੋਈ ਹੈ ਇਸ ਕਰਕੇ ਇਹਦੀ ਇਨਵੈਸਟੀਗੇਸ਼ਨ ਹੋਣੀ ਬਣਦੀ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਉਹਦੇ ਨਾਲ ਚਾਰ ਜੱਜ ਹੋਰ ਵੀ ਸੀ ਉਹਨਾਂ ਚਾਰ ਜੱਜਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਰਿਕਾਰਡ ਕੀਤੀਆਂ ਗਈਆਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੋਈ ਵੀ ਜਿਹੜੀ ਹੈ ਕਿਸੇ ਤਰ੍ਹਾਂ ਦਾ ਫੂਲ ਪਲੇ ਨਹੀਂ ਸੀ ਹੈ ਇਹ ਨੈਚੁਰਲ ਜਿਹੜੀ ਉਹਦੀ ਡੈਥ ਹੈ ਉਹ ਹੋਈ ਹੈ ਅਤੇ ਇਸ ਕਰਕੇ ਇਹ ਕੇਸ ਨਹੀਂ ਬਣਦਾ ਭਾਵੇਂ ਆਈ ਹੈਵ ਪਰਸਨਲੀ ਮੇਰੀ ਉਹਦੇ 'ਤੇ ਰੈਜ਼ਰਵੇਸ਼ਨ ਹੈ ਕਿ ਜੇ ਕੋਈ ਵੀ ਕਿਉਂਕਿ ਹੀ ਵਾਜ਼ ਏ ਜੱਜ ਜੇ ਕੋਈ ਵੀ ਉਹਦੇ ਉੱਤੇ ਸ਼ੰਕਾ ਜ਼ਾਹਰ ਕਰਦਾ ਕਿ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤਾਂ ਮੈਂ ਸਮਝਦਾ ਹਾਂ ਕਿ ਸੱਚ ਸਾਹਮਣੇ ਆਉਣ ਲਈ ਸੁਪਰੀਮ ਕੋਰਟ ਨੂੰ ਖੁਦ ਚਾਹੀਦਾ ਸੀ ਕਿ ਠੀਕ ਹੈ ਇਹਦੀ ਇਨਵੈਸਟੀਗੇਸ਼ਨ ਹੋਵੇ ਹਾਇਰ ਲੈਵਲ 'ਤੇ ਹੋਵੇ ਜੇ ਕਿਤੇ ਵੀ ਇਹਦੇ 'ਚ ਲੱਗਦਾ ਕੋਈ ਨਾ ਕੋਈ ਗੜਬੜ ਹੈ ਤਾਂ ਸੱਚ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ ਇਹਨੂੰ ਰੋਕਣਾ ਨਹੀਂ ਸੀ ਸਿਆਸਤ ਦੀ ਦਖਲਅੰਦਾਜ਼ੀ ਹੁੰਦੀ ਹੈ ਸਿਆਸਤ ਦਖਲਅੰਦਾਜ਼ੀ ਹੁੰਦੀ ਹੈ ਜੱਜਾਂ 'ਤੇ ਕਾਨੂੰਨ 'ਤੇ ਦੇਖੋ ਜਿਹੜਾ ਵਾ ਬਹੁਤ ਇਹਦੇ 'ਚ ਕੋਈ ਸਬੂਤ ਨਹੀਂ ਮਿਲਦਾ ਹੈ ਘੱਟੋ ਘੱਟ ਅਪਾਇੰਟਮੈਂਟ ਜਦੋਂ ਹੁੰਦੀਆਂ ਤਾਂ ਉਹਦੇ ਵਿੱਚ ਥੋੜ੍ਹੀ ਬਹੁਤੀ ਜਿਹੜੀ ਹੈ ਉਹ ਵਿਜ਼ੀਬਲ ਹੈ ਜਿਵੇਂ ਪਿਛਲੇ ਸਮੇਂ ਦੇ ਵਿੱਚ ਇੱਕ ਜੱਜ ਦੀ ਸੁਪਰੀਮ ਕੋਰਟ ਦੇ ਵਿੱਚ ਅਪਾਇੰਟਮੈਂਟ ਹੋ ਰਹੀ ਸੀ ਅਤੇ ਉਹ ਜਿਹੜਾ ਸਰਕਾਰ ਨੇ ਕਿਹਾ ਕਿ ਨਹੀਂ ਅਸੀਂ ਇਹਨੂੰ ਨਹੀਂ ਬਣਾਉਣਾ ਹੈ ਫਿਰ ਇਹ ਹੁਣ KM ਜੋਸਫ ਜਿਹੜਾ ਕਿ ਉੱਤਰਾਖੰਡ ਦਾ ਚੀਫ ਜਸਟਿਸ ਹੈ ਉਹਦੀ ਸੁਪਰੀਮ ਕੋਰਟ ਦੇ ਵਿੱਚ ਐਲੀਵੇਸ਼ਨ ਉਹਦੀ ਹੋਣੀ ਹੈ ਪਰ ਉਹਦੀ ਫਾਈਲ ਜਿਹੜੀ ਆ ਵਾਪਸ ਭੇਜ ਦਿੱਤੀ ਗਈ ਕਿ ਨਹੀਂ ਇਹ ਅਜੇ ਜਿਹੜਾ ਉਹ ਇੰਟਾਈਟਲਡ ਇਹਦੀ ਇੰਟਾਈਟਲਮੈਂਟ ਨਹੀਂ ਹੈ ਉਹ ਇਸ ਕਰਕੇ ਲੱਗਦਾ ਕਿ ਉੱਤਰਾਖੰਡ ਦੇ ਵਿੱਚ ਜਿਹੜਾ ਅਸੈਂਬਲੀ ਦੇ ਵਿੱਚ ਜੋ ਚੱਲਿਆ ਸੀ ਉਸ ਵੇਲੇ BJP ਦਾ ਅਤੇ ਕਾਂਗਰਸ ਦਾ ਉਹਦੇ ਵਿੱਚ ਉਹਨੇ ਜਿਹੜਾ ਕਾਂਗਰਸ ਦਾ ਸਾਥ ਦਿੱਤਾ ਸੀ ਅਤੇ BJP ਨਹੀਂ ਚਾਹੁੰਦੀ ਕਿ ਇਹ ਜਿਹੜਾ ਉਹ ਹੁਣ ਇਹ ਜਸਟਿਸ ਜਿਹੜਾ ਵਾ ਸੁਪਰੀਮ ਕੋਰਟ ਦੇ ਵਿੱਚ ਆਵੇ ਕੁਝ ਨਾ ਕੁਝ ਕਿਉਂਕਿ ਪਾਵਰ ਖੁੱਲ੍ਹ ਕੇ ਨਹੀਂ ਸਰਕਾਰ ਕੋਲੇ ਵੀ ਹੈ ਮੈਨੂੰ ਬਿਮਾਰ ਮੁੱਝੇ ਲੱਗਦੇ ਦੇਖੋ ਜੀ ਖੁੱਲ੍ਹ ਕੇ ਤਾਂ ਇੰਨੀ ਕੁ ਜੁਡੀਸ਼ਰੀ ਦੇ ਮਾਮਲੇ ਦੇ ਵਿੱਚ ਹੋ ਜਾਵੇ ਤਾਂ ਬਹੁਤ ਵੱਡੀ ਗੱਲ ਹੈ ਅਸੀਂ ਇਸ਼ੂ ਜਿਹੜਾ ਵਾ ਉਹ ਰੇਜ ਕੀਤਾ ਮੈਂ ਤਾਂ ਕਹਿੰਦਾ ਕਿ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਇੱਕ ਸ਼ੱਕੀ ਹਾਲਤਾਂ ਦੇ ਵਿੱਚ ਉਹਦੀ ਜਿਹੜੀ ਡੈਥ ਹੋਈ ਹੈ ਸਮਝਦੀਆਂ ਸਰਕਾਰਾਂ ਤੇ ਹਮੇਸ਼ਾ ਇਹ ਇਲਜ਼ਾਮ ਲੱਗਦੇ ਆ ਇਲਜ਼ਾਮ ਲੱਗਦੇ ਦਾ ਦੇਖੋ ਇਸ ਤਰ੍ਹਾਂ ਹੈ ਕਿ ਬਾਟ ਸਾਹਿਬ ਨੇ ਦੋਨੋਂ ਗੱਲਾਂ ਕਹੀਆਂ ਉਹਨਾਂ ਨੇ ਇਲਜ਼ਾਮ ਵਾਲੀ ਗੱਲ ਵੀ ਕਰ ਦਿੱਤੀ ਹੈ ਲੇਕਿਨ ਸੁਪਰੀਮ ਕੋਰਟ ਦਾ ਵਰਸ਼ਨ ਵੀ ਰੱਖਿਆ ਹੁਣ ਮੈਂ ਇੱਕ ਗੱਲ ਪੁੱਛਦਾ ਕਿ ਜੇ ਸੁਪਰੀਮ ਕੋਰਟ ਸਾਡੀ ਸਭ ਤੋਂ ਵੱਡੀ ਅਦਾਲਤ ਹੈ ਕਿਆ ਸਾਨੂੰ ਸੁਪਰੀਮ ਕੋਰਟ 'ਤੇ ਭਰੋਸਾ ਨਹੀਂ ਸੁਪਰੀਮ ਕੋਰਟ ਦੇ ਵਿੱਚ ਵਾਰ ਵਾਰ ਜਾਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਕਿ ਇਸ ਕੇਸ 'ਚ ਇਨਕੁਆਇਰੀ ਦੀ ਜ਼ਰੂਰਤ ਨਹੀਂ ਹੈ ਇਹੀ ਵਿਰੋਧੀ ਪਾਰਟੀਆਂ ਕਦੇ ਕਦੇ ਸੁਪਰੀਮ ਕੋਰਟ ਦੇ ਜੱਜਿਸ ਜਦੋਂ ਸਾਡੀ ਸਰਕਾਰ ਦੇ ਖਿਲਾਫ਼ ਬੋਲਦੇ ਤਾਂ ਉਹਦਾ ਉਦਾਹਰਣ ਵੀ ਦਿੰਦੇ ਤਾਂ ਦੱਸੋ ਫਿਰ ਸੁਪਰੀਮ ਕੋਰਟ ਦੇ ਉੱਤੇ ਸਰਕਾਰ ਦਾ ਕਿਵੇਂ ਇਨਫਲੂਐਂਸ ਹੋ ਸਕਦਾ ਜਦੋਂ ਵਿਰੋਧ ਜਦੋਂ ਕਿਤੇ ਸੁਪਰੀਮ ਕੋਰਟ ਦੇ ਜੱਜਿਸ ਕੁਛ ਬੋਲਦੇ ਹੈ ਤਾਂ ਤੁਸੀਂ ਕਹਿੰਦੇ ਦੇਖੋ ਜੀ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਆਹ ਕਿਹਾ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਆਹ ਕਿਹਾ ਸਵਾਲ ਜਿਹੜਾ ਤੁਸੀਂ ਕੀਤਾ ਉਹਦਾ ਜਵਾਬ ਪੂਰਾ ਆ ਜਾਂਦੇ ਹੋ ਅਗਲਾ ਸਵਾਲ ਫਿਰ ਕਰ ਲਈਏ ਉਹਦਾ ਵੀ ਜਵਾਬ ਦੇ ਦਿਆਂਗਾ ਤੋ ਲੋਇਆ ਦੇ ਕੇਸ ਦੇ ਵਿੱਚ ਜਦ ਸੁਪਰੀਮ ਕੋਰਟ ਨੇ ਕਹਿਤਾ ਕਿ ਇਨਵੈਸਟੀਗੇਸ਼ਨ ਦੀ ਜ਼ਰੂਰਤ ਨਹੀਂ ਹੈ ਤਾਂ ਉਸ ਤੋਂ ਬਾਅਦ ਉਹ ਕੇਸ ਖਤਮ ਹੋ ਗਿਆ ਉਹ ਚੈਪਟਰ ਬੰਦ ਹੋ ਗਿਆ ਉਹਦੇ ਸਰਕਾਰ ਦਾ ਕੋਈ ਦਖਲ ਨਹੀਂ ਜਿਹੜੀ ਗੱਲ ਹੈ ਸੁਪਰੀਮ ਕੋਰਟ ਦੇ ਜੱਜਿਸ ਦੀ ਜਾਂ ਹਾਈ ਕੋਰਟ ਦੇ ਜੱਜਿਸ ਦੀ ਅਪਾਇੰਟਮੈਂਟ ਦੀ ਉਹ ਜਿਹੜੇ ਹਾਈ ਕੋਰਟ ਦੇ ਜੱਜਿਸ ਦੀ ਅਪਾਇੰਟਮੈਂਟ ਹੁੰਦੀ ਹੈ ਉਹਦੇ ਵਿੱਚ ਹਾਈ ਕੋਰਟ ਦਾ ਕੋਲੀਜੀਅਮ ਨਾਮ ਰਿਕਮੈਂਡ ਕਰਕੇ ਭੇਜਦਾ ਸਰਕਾਰ ਦੇ ਵੱਲੋਂ ਸਿਰਫ ਜਿਹੜੀ IB ਦੀ ਰਿਪੋਰਟ ਹੈ ਉਹ ਜਾਂਦੀ ਹੈ ਜਾਂ ਕੋਈ ਇੰਟੈਲੀਜੈਂਸ ਰਿਪੋਰਟ ਹੈ ਉਹ ਜਾਂਦੀ ਹੈ ਫਾਈਨਲ ਡਿਸੀਜ਼ਨ ਸੁਪਰੀਮ ਕੋਰਟ ਦੇ ਕੋਲੀਜੀਅਮ ਦਾ ਕਿ ਅਸੀਂ ਕਿਹਨੂੰ ਹਾਈ ਕੋਰਟ ਜੱਜ ਅਪਾਇੰਟ ਕਰਨਾ ਤੇ ਕਿਹਨੂੰ ਨਹੀਂ ਕਰਨਾ ਔਰ ਉਹਦੇ ਤੇ ਉਹ ਅਪਾਇੰਟਮੈਂਟ ਹੁੰਦੀ ਹੈ ਪਰ ਸਰਕਾਰ ਵਾਪਸ ਨਾ ਭੇਜ ਸਕਦੀ ਰੇ ਕਰ ਸਕਦੀ ਇੱਕ ਸੈਕਿੰਡ ਇੱਕ ਸੈਕਿੰਡ ਹੁਣ ਜਿਹੜਾ KT ਥਾਮਸ ਦੇ ਕੇਸ ਦੀ ਗੱਲ ਜ਼ਿਕਰ ਕੀਤਾ ਇਹਨਾਂ ਨੇ ਮੈਂ ਬਾਟ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਵੀ ਔਰ ਨਹੀਂ ਵੀ ਕਿਉਂਕਿ ਇੱਕ ਪ੍ਰੋਸੈਸ ਹੈ
उस प्रोसैस दे विच सरकार नूं इह अधिकार है भी जे कोई ऑब्जैक्शन होवे तो लिख के भेज सकदी कि इहदे विच आ ऑब्जैक्शन है इस करके इहदी अपॉइंटमेंट ते दुबारा ये नहीं कह सकते भी नहीं हो सकती वो कहने कि इहदे ते दुबारा विचार किया जाए इन्ना ही कह सकती है गवर्नमेंट और गवर्नमेंट ने केटी जोसफ दे केस भी यही कहा है कि आ रीजन है इस करके तुसीं इसका दुबारा विचार करो उस तो बाद हुण जो मैं भी पिछले दिनों अखबार च पढ़िया कि शायद सुप्रीम कोर्ट के कोलीजियम ने द्वारा फाइल भेज दी है एक सैकेंड एक लास्ट लाइन जदों वो वापस द्वारा भेजते हैं तो गवर्नमेंट उन्हें इनकार नहीं कर सकती दखल थोड़ी दी सकती है लेकिन अल्टीमेटली इन्वेस्टिगेट करके सारे केसा का फाइल पलंदा बना के एजेंसी ने ही भेजना होंगे सुप्रीम कोर्ट का डायरेक्ट उस ट्रायल जी प्रेशर है नहीं 84 साढ़े वालों कोई सियासी प्रेशर नहीं है ਅਸੀਂ ਤਾਂ ਉਸ ਤੇ ਪ੍ਰੈਸ਼ਰ ਇਹ ਵੀ ਨਹੀਂ ਬਣਾਇਆ ਜਾ ਰਿਹਾ ਕਿ ਨਿਆਂ ਮਿਲੇ ਨਹੀਂ ਤੁਸੀਂ ਗਲਤ ਗੱਲ ਨਾ ਕਰੋ ਜੇ ਅਸੀਂ ਤਾਂ ਉਸ ਕੇਸ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ ਔਰ ਮੈਂ ਅੱਜ ਵੀ ਟੀਵੀ ਦੇ ਵਿੱਚ ਦੇਖ ਰਿਹਾ ਸੀਗਾ ਰਵੀ ਸ਼ੰਕਰ ਪ੍ਰਸਾਦ ਲਾਅ ਮਿਨਿਸਟਰ ਹੈ ਉਹਨਾਂ ਨੇ ਇਹ ਗੱਲ ਅੱਜ ਵੀ ਹਾਊਸ 'ਚ ਕਹੀ ਹੈ ਕਿ ਅਸੀਂ SIT ਵੀ ਬਣਾਈ ਅਸੀਂ ਉਸ ਦੇ ਟ੍ਰਾਇਲ ਨੂੰ ਅਕਾਲੀ ਦਲ ਨੇ ਸਵਾਲ ਕੀਤਾ ਅਸੀਂ ਉਹਨੂੰ ਫਾਸਟ ਕਰਨਾ ਚਾਹੁੰਦੇ ਔਰ ਸਾਡੀ ਇੱਛਾ ਹੈ ਕਿ ਇਹ ਟਾਈਮ ਰਹਿੰਦੇ ਇਸ ਦਾ ਫੈਸਲਾ ਔਰ ਨਿਆਂ ਲੋਕਾਂ ਨੂੰ ਮਿਲੇ ਮਨਮੋਹਨ ਸਿੰਘ ਦੀ ਗਵਰਨਮੈਂਟ ਵਿੱਚ ਮੂਵ ਹੋਇਆ ਸੀ ਉਹ ਅੱਜ ਵੀ ਲੋਕ ਸਭਾ ਦੇ ਵਿੱਚ ਪੈਂਡਿੰਗ ਪਿਆ ਉਸ ਤੇ ਇਹ ਗਵਰਨਮੈਂਟ ਜਿਹੜੀ ਪ੍ਰੈਜੈਂਟ ਹੈਗੀ ਆ ਕਿਉਂ ਨਹੀਂ ਆਪਦੀ ਦਿਸ਼ਾ ਦ੍ਰਿਸ਼ਟੀ ਪਾਉਂਦੀ ਵੀ ਮੈਰਿਟ ਦੇ ਆਧਾਰ ਤੇ ਜੱਜ ਹੋਣ ਕਿਉਂ ਕੁਲਜੀਐਮ ਸਿਸਟਮ ਦੇ ਰਾਹੀਂ ਹੋਏ ਹੋਣ ਇੱਕ ਤਾਂ ਬਹੁਤ ਵੱਡਾ ਹਿੰਦੁਸਤਾਨ ਦੀ ਜੁਡੀਸ਼ਰੀ ਦੇ ਵਿੱਚ ਲਕੂਨਾ ਵਾ ਜਿਹੜਾ ਪੋਲੀਟੀਕਲ ਪਾਰਟੀ ਉਹਨੂੰ ਵਰਤ ਰਹੀਆਂ ਸੈਕਿੰਡਲੀ ਗੱਲ ਆਈ ਆ 84 ਦੀ 84 ਦੀ ਜਿਹੜੀ ਉਹ ਇਨਵੈਸਟੀਗੇਸ਼ਨ ਇਹਨਾਂ ਨੇ ਬਿਲਕੁਲ ਏਜੰਸੀਆਂ ਨੇ ਕਰਨੀ ਸੀ ਪਰ KP ਸਿੰਘ ਜੀ ਉਹ ਇਨਵੈਸਟੀਗੇਸ਼ਨ ਜੁਡੀਸ਼ਰੀ ਮੋਨੀਟਰ ਵੀ ਹੋ ਸਕਦੀ ਸੀ ਪਰ ਜੁਡੀਸ਼ਰੀ ਮੋਨੀਟਰ ਨਹੀਂ ਹੋਈ ਉਹ ਖੁੱਲਾ ਛੱਡ ਦਿੱਤਾ ਗਿਆ ਦੋ ਵੇਰੀ ਮੈਂ ਸਰ ਐਨੀ ਹਾਊ ਮੈਂ ਸੁਪਰੀਮ ਕੋਰਟ ਦੀ ਇਹਨਾਂ ਦੀ ਸਰਕਾਰ ਵੇਲੇ ਦੋ ਵੇਰੀ ਵਾਜਪਾਈ ਦੀ ਸਰਕਾਰ ਵੇਲੇ ਕਲੋਜ਼ਰ ਰਿਪੋਰਟ ਮੂਵ ਹੋ ਜਾਂਦੀ ਆ 84 ਦੇ ਕੇਸਾਂ ਦੇ ਵਿੱਚ ਅੱਜ ਵੀ 50 ਦੇ ਉੱਤੇ FIRs SRSS ਦੇ ਬੰਦਿਆਂ ਦੇ ਨਾਂ ਤੇ ਦਰਜ ਆ ਬਿਲਕੁਲ ਗਲਤ ਗੱਲ ਹੈ ਬਿਲਕੁਲ ਗਲਤ ਗੱਲ ਹੈ ਕਿਸੇ RSS ਦੇ ਬੰਦੇ ਦਾ ਨਾਂ ਨਹੀਂ ਸਿਆਸਤ ਦਾ ਸਿਰਫ ਨਾ ਤਾਂ ਅਸਲੀਅਤ ਇਹ ਹੈ ਜੋ ਮਰਜ਼ੀ ਆਪਾਂ ਕਹੀ ਜਾਈਏ ਅਸਲੀਅਤ ਇਹ ਹੈ ਕਿ ਨਾ ਕਾਂਗਰਸ ਨਾ BJP ਇਹ ਦੋਨੋਂ ਨਹੀਂ ਚਾਹੁੰਦੇ ਕਿ ਇਹ ਜਿਹੜਾ ਇਹਨਾਂ ਨੂੰ ਨਹੀਂ ਬਿਲਕੁਲ ਬਾਟ ਸਾਹਿਬ ਮੈਂ ਤੁਹਾਡੇ ਇਸ ਗੱਲ ਨਾਲ ਤਾਰਫ ਨਹੀਂ ਰੱਖਦਾ ਕਾਰਵਾਈ ਮੈਂ ਤੁਹਾਨੂੰ ਦੱਸ ਦਿੰਦਾ ਕਾਰਵਾਈ ਨਹੀਂ ਕੀਤੀ ਮੈਂ ਤੁਹਾਨੂੰ ਦੱਸਦਾ ਨਹੀਂ ਐਗਜ਼ੈਕਟ ਦੋਨੋਂ ਸਿੰਘ ਜੀ ਮੈਂ ਦੱਸਦਾ ਇਹਨੂੰ ਫੁੱਟਬਾਲ ਬਣਾਇਆ ਮੈਦਾਨ ਦੇ ਵਿੱਚ ਕੁਦਰ ਕੇ ਕੁਮਾਰ ਦਿੰਦਾ ਬਾਟ ਸਾਹਿਬ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੋ ਸਕਦਾ ਨਾ ਮੈਂ ਦੱਸਦਾ ਤੁਹਾਨੂੰ ਕਿਉਂ ਮੈਂ ਦੱਸਦਾ ਕਿਉਂ ਕਿਉਂਕਿ ਉਸ ਵੇਲੇ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਕਾਂਗਰਸ ਦੀ ਸਰਕਾਰ ਸੀ ਔਰ ਇਹ ਬਾਰ ਬਾਰ ਗੱਲ ਆ ਚੁੱਕੀ ਕਿ ਉੱਥੇ ਇਹਨਾਂ ਨੇ ਸਾਰੇ ਸਬੂਤ ਖਤਮ ਕਰਤੇ ਚਲੋ ਉਸ ਤੋਂ ਬਾਅਦ ਬਾਅਦ ਮੈਂ ਸਿਆਸੀ ਬਦਲਾਖੋਰੀ ਤੋਂ ਜਿਹੜੇ ਆਗੂ ਬਰੀ ਹੋਏ ਹੈਗੇ ਆ ਕੀ ਉਹ ਤੁਸੀਂ ਸਿਆਸਤ ਕਰ ਰਹੇ ਹੋ ਇੱਕ ਮਿੰਟ ਹੁਣ ਸਿਆਸਤ ਕਰ ਰਹੇ ਹੋ ਤੁਸੀਂ ਹਾਂ ਇੱਕ ਮਿੰਟ ਪਲੀਜ਼ ਗੱਲ 1984 ਦੀ ਵਾਰ ਵਾਰ ਹੁੰਦੀ ਹੈ ਜਦੋਂ ਵੀ ਕੋਈ ਸਿਆਸਤ ਦੀ ਗੱਲ ਹੁੰਦੀ ਹੈ ਅਦਾਲਤ ਦੀ ਗੱਲ ਹੁੰਦੀ ਹੈ ਕਾਨੂੰਨ ਦੀ ਗੱਲ ਹੁੰਦੀ ਹੈ ਉਦੋਂ ਵਾਰ ਵਾਰ 1984 ਦੇ ਕੇਸ ਦੀ ਗੱਲ ਹੋ ਜਾਂਦੀ ਹੈ ਹੋਣੀ ਵੀ ਚਾਹੀਦੀ ਹੈ ਉਸ ਮਾਮਲੇ ਦੇ ਵਿੱਚ ਅਦਾਲਤਾਂ ਨੇ ਕੀ ਕੀਤਾ ਉਸ ਮਾਮਲੇ ਦੇ ਵਿੱਚ ਸਿਆਸਤ ਨੇ ਕੀ ਕੀਤਾ ਉਹ ਸਵਾਲ ਬਾਕੀ ਰਹੇਗਾ ਪਤਾ ਨਹੀਂ ਕਦੋਂ ਤੱਕ ਬਾਕੀ ਰਹੇਗਾ ਪਰ ਇਹ ਜਿਹੜੇ ਲੀਡਰ ਆ ਜਿਨ੍ਹਾਂ 'ਤੇ ਇਹ ਚਰਚਾ ਕੀਤੀ ਹੈ ਸਿਆਸੀ ਬਲਾਖੋਰੀ ਤੋਂ ਬਰੀ ਹੋ ਗਿਆ ਕਦੋਂ ਤੱਕ ਹੋਇਆ ਕਿੰਨੇ ਇਹਨਾਂ ਨੂੰ ਬਰੀ ਕੀਤਾ ਜਿਹੜੀ ਆਮ ਜਨਤਾ ਦੀ ਕਚਹਿਰੀ ਹੈਗੀ ਆ ਉਹ ਇਹਨਾਂ ਨੂੰ ਕਿਵੇਂ ਸਵੀਕਾਰ ਕਰੇਗੀ ਸਵਾਲ ਬਹੁਤ ਅਹਿਮ ਹੈਗਾ ਕਿਉਂਕਿ ਇਹ ਉਹੀ ਲੋਕ ਆ ਆਮ ਜਨਤਾ ਜਿਹਨਾਂ ਦਾ ਸਵਾਲ ਮੈਂ ਇੱਥੇ ਪੁੱਛ ਰਿਹਾ ਸੀਗਾ ਉਹ ਪੁੱਛਦੇ ਆ ਸਮੇਂ ਦੀ ਬਰਬਾਦੀ ਹੋਈ ਹੈ ਵਕਤ ਦੀ ਬਰਬਾਦੀ ਹੋਈ ਹੈ ਪੈਸੇ ਦੀ ਬਰਬਾਦੀ ਹੋਈ ਹੈ ਉਸ ਦੀ ਭਰਪਾਈ ਕੌਣ ਕਰੇਗਾ ਕਿਉਂਕਿ ਇੱਕ ਨਾਸਿਰ ਦਾ ਕੇਸ ਮੈਨੂੰ ਯਾਦ ਆਉਂਦਾ ਨਾਸਿਰ ਕਹਿੰਦਾ ਮੈਂ ਜਾਂਦੇ ਜਾਂਦੇ ਉਹ ਜ਼ਰੂਰ ਦੱਸਣਾ ਚਾਹੂੰਗਾ ਤੁਹਾਨੂੰ ਨਾਸਿਰ ਕਹਿੰਦਾ ਕਿ 23 ਸਾਲ ਮੈਂ ਜੇਲ੍ਹ 'ਚ ਰਿਹਾ ਅਤੇ ਨਿਸਾਰ ਉਹਦਾ ਨਾਮ ਹੈ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਅਹਿਮ ਦਿਨ 8150 ਦਿਨ ਜੇਲ੍ਹ ਵਿੱਚ ਬਿਤਾਏ ਆ ਮੇਰੇ ਲਈ ਜ਼ਿੰਦਗੀ ਖਤਮ ਹੋ ਚੁੱਕੀ ਹੈ ਜਿਸ ਨੂੰ ਤੁਸੀਂ ਦੇਖ ਰਹੇ ਹੋ ਇੱਕ ਜਿੰਦਾ ਲਾਸ਼ ਹੈ ਅਤੇ 20 ਸਾਲ ਦਾ ਸੀ ਜਦੋਂ ਮੈਂ ਜੇਲ੍ਹ ਗਿਆ ਸੀਗਾ
ते जो बाहर आया 43 साल का हो गया, सब कुछ मुक चुकया। वो ना सिर यह सवाल पूछता है कि मैंने तुम्हें बाहर तक कर दिता है, मेरी जिंदगी किमें वापस आऊगी। इस करके असं सियासत को अपील करते हैं कि जिंदगी बचाओ, जिंदगी बर्बाद ना करो। बहुत धन्यवाद।